ਹਨਕਾਰੀ ਸਭ ਮਾਵਾਂ ਮਾਵਾਂ ਹੀ ਹੁੰਦੀਆਂ ਨੇ, ਹੋਏ ਮਾਵਾਂ ਗਰਮੀ ਤੂੰ ਵੀ ਬਚਾ ਲੈਂਦੀਆਂ ਨੇ, ਹੋਏ ਮਾਵਾਂ ਸਰਦੀ ਤੂੰ ਵੀ ਬਚਾ ਲੈਂਦੀਆਂ ਨੇ। ਮੈਨੂੰ ਸਗੀਰ ਇਮਾਨਦਾਰੀ ਨਾ ਦੱਸਿਆ ਰੇ, ਹੋਏ ਕਿੱਡੇ ਲਾਡ ਲਡਾ ਕੇ ਜਵਾਨ ਕਿਰਦੀ ਰਹੀ ਆ, ਕਦੀ ਮੱਥਾ ਚੁੰਮਦੀ ਰਹੀ ਹੈ, ਹਾਂਦੀ ਆਉਣੀ ਹੈ ਮੇਰੇ ਉਹ ਪੁੱਤਰੋ ਪਰੇਸ਼ਾਨ ਆਇਓ ਯਾਰ, ਹੋਏ ਮੇਰੇ ਉਹ ਮਲਕੋ ਟੈਨਸ਼ਨ ਨਾ ਲਿਆ ਰੇ, ਹਜੇ ਮਾਂ ਤੁਹਾਡੇ ਸਿਰ ਤੇ ਮਜੋਂ ਦੇ, ਹਜੇ ਅੱਪਾ ਸਿਰ ਤੇ ਮਜੋਂ ਦੇ, ਰੱਬੇ ਕਾਬਾ ਦੀ ਕਸਮ ਹੈ ਬਕਸੂਰ ਵਾਲਿਆ ਜੁਮਲੇ ਸੁਣਿਆ ਰੇ, ਹੈਨਾ ਮਾਵਾਂ ਨੂੰ ਦੁਖੀ ਨਾ ਕਰ ਜਾਇਆ ਰੇ, ਹੈਨਾ ਮਾਵਾਂ ਦੀ ਬਦਵਾ ਨਾ ਲੈ ਜਾਇਆ ਰੇ, ਸਗੀਰ ਸਾਹਿਬ ਅੱਲਾ ਦੀ ਕਸਮ ਉਠਾ ਕੇ ਆਨਾ ਵਾ, ਹੋਏ ਮੈਂ ਵਿਹੜੇ ਉਜੜਦੇ ਵੇਖੇ ਰੇ, ਹੋਏ ਮੈਂ ਹਵੇਲੀਆਂ ਉਜੜਦੀਆਂ ਵੇਖੀਆਂ ਰੇ, ਹੋਏ ਮੈਂ ਕਾਰੋਬਾਰ ਉਜੜਦੇ ਵੇਖੇ ਰੇ, ਜਿੰਨਾ ਮਾਵਾਂ ਨੂੰ ਧੱਕੇ ਮਾਰੇ ਨੇ, ਜਿੰਨਾ ਪਿਓਵਾਂ ਨੂੰ ਧੱਕੇ ਮਾਰੇ ਨੇ, ਮਲਕ ਸਾਹਿਬ ਮੈਂ ਹਵੇਲੀਆਂ ਵੇਖਦੀਆਂ ਵੇਖੀਆਂ ਨੇ, ਮੈਂ ਜਾਇਦਾਦਾਂ ਵੇਖਦੀਆਂ ਵੇਖੀਆਂ ਨੇ, ਜਿੰਨਾ ਪਿਓ ਨੂੰ ਸਤਾਇਆ ਰੇ, ਜਿੰਨਾ ਮਾਂ ਨੂੰ ਸਤਾਇਆ ਰੇ, ਆਓ ਮੇਰੇ ਵੱਲ ਜੁਮਲੇ ਸੁਣਿਆ ਰੇ, ਬਾਬਾ ਜੀ ਮਾਂ ਤੇ ਫਿਰ ਮਾਂ ਆਉਂਦੀ ਏ, ਇੱਕ ਅੱਲਾ ਦਾ ਬਲੀ ਏ, ਜਿਹਦਾ ਨਾਂ ਹਜ਼ਰਤ ਬਾਯਜ਼ੀਦ ਬੁਸਤਾਮੀ ਰਹਿਮਤੁੱਲਾ ਲੈਵੇ, 7 ਸਾਲ ਦੀ ਉਮਰ ਹੈਦਰ ਮੇਰੇ ਵੱਲ ਤਵੱਜੋ ਕਰ ਜਾਇਆ ਰੇ, ਤੇਰੀ ਅੱਖ ਦਾ ਅਥਰੂ ਆ ਗਿਆ, ਤੇਰੀ ਮਾਂ ਨੂੰ ਕਬਰ ਵਿੱਚ ਸਵਾਬ ਮਿਲ ਜਾਏਗਾ, ਤੇਰੇ ਬਾਪ ਨੂੰ ਕਬਰ ਵਿੱਚ ਸਵਾਬ ਮਿਲ ਜਾਏਗਾ, ਹਜ਼ਰਤ ਬਾਯਜ਼ੀਦ ਬੁਸਤਾਮੀ ਰਹਿਮਤੁੱਲਾ ਲੈ, ਬਾਬਾ ਜੀ 7 ਸਾਲ ਦੀ ਉਮਰ ਇਹਨਾਂ ਕੁਰਾਨ ਚੁੱਕਿਆ ਤੇ ਮਾਂ ਦੇ ਕੋਲ ਆ ਗਏ ਨੇ, ਮਾਂ ਨੇ ਫਰਮਾਇਆ ਪੁੱਤਰਾ ਬਾਯਜ਼ੀਦ ਖੈਰ, ਅੱਜ ਸਾਰੇ ਬੈਠੇ ਹੋ ਮੇਰੇ ਵੱਲ ਟਕਿਆ ਰੇ, ਹੈ ਜੁਮਲੇ ਸੀਨੇ ਤੇ ਲਿਖ ਕੇ ਲੈ ਜਾਇਆ ਰੇ, ਬਾਬਾ ਜੀ ਮਾਵਾਂ ਨੂੰ ਪਤਾ ਹੁੰਦਾ ਏ, ਅੱਜ ਮੇਰਾ ਪੁੱਤਰ ਪਰੇਸ਼ਾਨ ਏ, ਅੱਜ ਮੇਰਾ ਪੁੱਤਰ ਟੈਨਸ਼ਨ ਅੰਦਰ ਏ, ਅੱਜ ਮੇਰੇ ਪੁੱਤਰ ਨੇ ਕੋਈ ਚੀਜ਼ ਨਹੀਂ ਖਾਧੀ, ਹੋਏ ਮਾਂ ਆਉਂਦੀ ਏ ਦੱਸ ਕਿਹੜੀ ਚੀਜ਼ ਪਕਾਵਾਂ, ਹੇ ਮੇਰਿਆ ਪੁੱਤਰਾ ਜੇ ਚਾਵਲ ਨਹੀਂ ਖਾਣੇ ਤੇ ਰੋਟੀ ਬਣਾ ਲੈਣੀ ਆ, ਜੇ ਰੋਟੀ ਤੇ ਦਿਲ ਨਹੀਂ ਕਰਦਾ ਚਾਵਲ ਬਣਾ ਲੈਣੀ ਆ, ਹੋਏ ਕਸੂਰ ਵਾਲਿਆ ਇਹ ਮਾਵਾਂ ਹੀ ਲਾਡ ਲਡਾਉਂਦੀਆਂ ਨੇ, ਹੋਏ ਮਾਵਾਂ ਹੀ ਪਿਆਰ ਕਰਦੀਆਂ ਨੇ, ਐਸੇ ਵਾਸਤਿਆਂ ਨਾ ਭਾਬੀਆਂ ਕਦੇ ਨਹੀਂ ਮਾਵਾਂ ਬਣੀਆਂ, ਮਾਵਾਂ ਮਾਵਾਂ ਹੁੰਦੀਆਂ ਨੇ, ਭਾਬੀਆਂ ਕਦੇ ਨਹੀਂ ਮਾਵਾਂ ਬਣੀਆਂ, ਹੋਏ ਮਾਵਾਂ ਹੀ ਮਾਵਾਂ ਹੁੰਦੀਆਂ, ਇੱਧਰ ਵੇਖਿਓ ਯਾਰ, ਭਾਬੀਆਂ ਕਦੇ ਨਹੀਂ ਜੇ ਮਾਵਾਂ ਬਣੀਆਂ, ਮਾਵਾਂ ਮਾਵਾਂ ਹੁੰਦੀਆਂ ਨੇ, ਭਾਬੀਆਂ ਕਦੇ ਨਹੀਂ ਜੇ ਮਾਵਾਂ ਬਣੀਆਂ, ਬਾਬਾ ਜੀ ਮੈਂ ਬੱਚਪ ਰੁਲਦੇ ਵੇਖੇ ਨੇ, 10 ਦਿਨ ਕਿਸੇ ਦੇ ਵਿਹੜੇ, 10 ਦਿਨ ਕਿਸੇ ਦੇ ਵਿਹੜੇ, ਹਜੇ ਕੱਪੜੇ ਕੋਈ ਨਹੀਂ ਧੋ ਕੇ ਦਿੰਦਾ, ਹਜੇ ਸੁਰਮੇ ਪਾਉਣ ਵਾਲਾ ਕੋਈ ਨਹੀਂ, ਹਜੇ ਸੀਨੇ ਲਾ ਕੇ ਚੁੱਪ ਕਰਾਉਣ ਵਾਲਾ ਕੋਈ ਨਹੀਂ, ਹਜ਼ਰਤ ਬਾਯਜ਼ੀਦ ਬੁਸਤਾਮੀ ਬਾਬਾ ਜੀ ਮੇਰੇ ਵੱਲ ਵੇਖਿਆ ਰੇ, ਅਮੀਨੀ ਮਾਂ ਦੇ ਸਾਹਮਣੇ ਹੱਥ ਬੰਨ ਲਏ ਨੇ, ਹਰਜ ਕੀਤੀ ਅੰਮੀ ਜੀ ਮੈਂ ਪਰੇਸ਼ਾਨ ਹਾਂ, ਸੱਜਣਾ ਅੱਜ ਵੀ ਪੁੱਤਰ ਪਰੇਸ਼ਾਨ ਹੋਵੇ, ਸ਼ਮਾਨ ਵੇਖੀ ਜੁਮਲੇ ਸੁਣੀ, ਅੱਜ ਵੀ ਪੁੱਤਰ ਪਰੇਸ਼ਾਨ ਹੋਵੇ, ਹੋਏ ਮਾਵਾਂ ਇੱਥੇ ਮੁਸੱਲੇ ਪਾ ਲੈਂਦੀਆਂ ਨੇ, ਪੁੱਤਰ ਸਾਊਦੀਆ ਰੋਂਦਾ ਏ, ਹੋਏ ਮਾਵਾਂ ਪਾਕਿਸਤਾਨ ਮੁਸੱਲੇ ਪਾ ਲੈਂਦੀਆਂ ਨੇ, ਹੋਏ ਪੁੱਤਰ ਦੁਬਈ ਪਰੇਸ਼ਾਨ ਹੁੰਦਾ ਏ, ਸ਼ਬਾਨ ਮਾਵਾਂ ਇੱਥੇ ਕਸੂਰ ਮੁਸੱਲੇ ਪਾ ਲੈਂਦੀਆਂ ਨੇ, ਆਂਦੀਆਂ ਨੇ ਮੌਲਵੀ ਜੀ ਦੁਆ ਕਰਿਆ ਰੇ, ਮੇਰਾ ਪੁੱਤਰ ਪਰੇਸ਼ਾਨ ਹੋ ਗਿਆ ਰੇ, ਮੌਲਵੀ ਜੀ ਦੁਆ ਕਰਿਆ ਰੇ, ਮੇਰਾ ਪੁੱਤਰ ਪਰੋਨੇ ਮੁਲਕ ਫਸ ਗਿਆ ਏ, ਮੇਰਾ ਪਰਦੇਸੀ ਫਸ ਗਿਆ ਏ, ਸ਼ਬਾਨ ਅੱਲਾ ਦੀ ਕਸਮ ਸਾਰੀ
ਰਾਤ ਮਾਵਾਂ ਨਹੀਂ ਜੇ ਸੌਂਦੀਆਂ, ਸਾਰੀ ਰਾਤ ਮਾਵਾਂ ਅੱਖਾਂ ਨਹੀਂ ਲਾਂਦੀਆਂ, ਕਦੀ ਦਰੂਦ ਦਰਜਨਾ ਪੜਦੀਆਂ ਨੇ, ਕਦੀ ਯਾਸੀਨ ਪੜਦੀਆਂ ਨੇ, ਆਪਣਿਆਂ ਪੁੱਤਰਾਂ ਦੀਆਂ ਖੈਰਾਂ ਮੰਗਦੀਆਂ ਨੇ, ਆਪਣੀ ਔਲਾਦ ਦੀਆਂ ਖੈਰਾਂ ਮੰਗਦੀਆਂ ਨੇ। ਹਜ਼ਰਾ ਜੁਮਲੇ ਸੁਣਿਆ ਨੇ, ਹੋਏ ਮਾਵਾਂ ਤੇ ਮਾਵਾਂ ਆਉਂਦੀਆਂ ਨੇ, ਹੋਏ ਮਾਵਾਂ ਤੇ ਛਾਵਾਂ ਆਉਂਦੀਆਂ ਨੇ, ਹੋਏ ਮਾਵਾਂ ਤੇ ਬਹਾਰ ਆਉਂਦੀਆਂ ਨੇ। ਅੱਜ ਮਲਕ ਬਰਾਦਰਾਂ ਜੁਮਲੇ ਸੁਣਿਆ ਨੇ, ਹਜ਼ਰਤ ਬਾਯਜ਼ੀਦ ਬੁਸਤਾਮੀ ਨੇ ਹੱਥ ਜੋੜੇ ਨੇ, ਅਰਜ਼ ਕੀਤੀ ਅੰਮੀ ਜੀ ਅੱਲਾ ਨੇ ਦੋ ਹੁਕਮ ਫਰਮਾਏ ਨੇ। ਅੱਲਾ ਫਰਮਾਉਂਦਾ ਮੇਰੀ ਇਬਾਦਤ ਵੀ ਕਰਿਆ ਰੇ, ਅੱਲਾ ਫਰਮਾਉਂਦਾ ਵਾਲਦੈਨ ਨਾਲ ਇਹਸਾਨ ਵੀ ਕਰਿਆ ਰੇ। ਅੰਮੀ ਜੀ ਉਮਰ ਛੋਟੀ ਏ ਕੰਮ ਵੱਡੇ ਨੇ, ਹੋਏ ਰੋਣ ਵਾਲਿਆ ਜੁਮਲੇ ਸੁਣਿਆ ਰੇ। ਮਾਂ ਨੇ ਬਾਯਜ਼ੀਦ ਨੂੰ ਸੀਨੇ ਲਾ ਲਿਆ, ਸੀਨੇ ਲਾ ਕੇ ਫਰਮਾਇਆ ਪੁੱਤਰਾ ਮੈਂ ਆਪਣਾ ਹੱਕ ਛੱਡਣੀ ਆ, ਜਾ ਜੇ ਮਾਂ ਨੂੰ ਛੱਡ ਕੇ ਰੱਬ ਲੱਭਦਾ ਏ ਤੇ ਰੱਬ ਲੱਭ ਲੈ ਮੈਂ ਰਾਜ਼ੀ ਆ। ਬਾਬਾ ਜੀ ਅੱਲਾ ਦੀ ਕਸਮ ਉਠਾ ਕੇ ਆਨਾ ਵਾ, ਹੋਏ ਮਾਵਾਂ ਛੱਡ ਕੇ ਕਦੀ ਰੱਬ ਲੱਭਾ ਕੋਈ ਨਹੀਂ। ਬਜ਼ਮੇ ਪਾਕ ਸਲਾਨਾ ਖਤਮੇ ਪਾਕ ਜਨਾਬੇ ਮੋਹਤਰਮ ਮਲਕ ਹਾਜੀ ਮੁਹੰਮਦ ਸ਼ਬਾਨ ਸਾਹਿਬ, ਮਲਕ ਹਾਜੀ ਮੁਹੰਮਦ ਨਿਆਜ਼ ਸਾਹਿਬ, ਮਲਕ ਮੁਹੰਮਦ ਸ਼ਬਾਜ਼ ਸਾਹਿਬ, ਮਲਕ ਮੁਹੰਮਦ ਅਲੀ ਸਾਹਿਬ, ਮਲਕ ਅਬਦੁਲ ਜਬਾਰ ਸਾਹਿਬ, ਮਲਕ ਮੁਹੰਮਦ ਸ਼ਬਾਜ਼ ਸਾਹਿਬ, ਇਹਨਾਂ ਦੀ ਵਾਲਦਾ ਮੋਹਤਰਮਾ ਦੇ ਇਸਾਲ ਸਵਾਬ ਵਾਸਤੇ ਔਰ ਮਲਕ ਮੁਹੰਮਦ ਮੋਤਾ ਮਰਹੂਮ ਬਾਬਾ ਜੀ ਉਹਨਾਂ ਦੇ ਇਸਾਲ ਸਵਾਬ ਵਾਸਤੇ ਇਹ ਅੱਜ ਦੀ ਖੂਬਸੂਰਤ ਬਜ਼ਮ ਸਜਾਈ ਗਈ। ਦੁਆ ਗਾਵਾਂ ਕਿ ਅੱਲਾ ਕਰੀਮ ਇਹਨੇ ਸਾਰਿਆਂ ਭਾਈਆਂ ਨੇ ਅੱਜ ਆਪਣੇ ਵਾਲਦਾ ਸਾਹਿਬਾ ਵਾਸਤੇ ਔਰ ਮਲਕ ਮੁਹੰਮਦ ਬੂਟਾ ਮਰਹੂਮ ਵਾਸਤੇ ਬਜ਼ਮ ਸਜਾਇਆ। ਦੁਆ ਗਾਵਾਂ ਅੱਲਾ ਕਰੀਮ ਇਹਨਾਂ ਦੀ ਵਾਲਦਾ ਸਾਹਿਬਾ ਦੀ ਕਾਮਿਲ ਬਖਸ਼ਿਸ਼ ਓ ਮਗਫਰਤ ਫਰਮਾਏ, ਔਰ ਦੁਆ ਗਾਵਾਂ ਕਿ ਜਿਹਦੇ ਜਿਹਦੇ ਵਾਲਦੈਨ ਦੁਨੀਆਂ ਤੋਂ ਚਲੇ ਗਏ ਨੇ ਅੱਲਾ ਉਹਨਾਂ ਸਾਰਿਆਂ ਦੀ ਕਾਮਿਲ ਬਖਸ਼ਿਸ਼ ਓ ਮਗਫਰਤ ਫਰਮਾਏ। ਬੜੀ ਮੁਹੱਬਤ ਕਰਦੇ ਨੇ, ਪਿਛਲੇ ਸਾਲ ਵੀ ਮੈਂ ਇੱਥੇ ਮੌਜੂਦ ਸਾਂ, ਜਿਹੜੇ ਬੰਦੇ ਸੁਣ ਕੇ ਗਏ ਨੇ ਉਹਨਾਂ ਨੂੰ ਪਤਾ ਹੈ। ਤੇ ਐਤਕੀ ਵੀ ਇਹਨਾਂ 2 ਮਹੀਨੇ ਪਹਿਲਾਂ ਕਿਹਾ ਜੀ ਤੁਸੀਂ ਆਉਣਾ, ਔਰ ਪਿਛਲੇ ਸਾਲ ਵੀ ਇਹਨਾਂ ਕਹਿ ਦਿੱਤਾ। ਤੇ ਇਹਨਾਂ ਦੀ ਮੁਹੱਬਤ ਦੇ ਮਾਂ ਦੇ ਨਾਲ ਔਰ ਇਹਨਾਂ ਦੇ ਭਾਈਆਂ ਦੀ ਮੁਹੱਬਤ ਦੇ ਬਾਬਾ ਜੀ ਇੱਕ ਗੱਲ ਹੈ ਜੀ, ਖੁਸ਼ ਨਸੀਬ ਉਹ ਵਾਲਦੈਨ ਹੁੰਦੇ ਨੇ ਜਿਹਨਾਂ ਦਾ ਪਿੱਛੇ ਕੋਈ ਪੜ੍ਹਨ ਵਾਲਾ ਹੋਵੇ। ਇੱਕ ਵਾਰੀ ਗੱਜ ਕੇ ਬੋਲਿਆ ਜੀ ਸੁਭਾਨ ਅੱਲਾਹ, ਇਨਸ਼ਾਅੱਲਾ ਤੁਹਾਡੇ ਮਿਆਰ ਦੇ ਮੁਤਾਬਕ ਗੁਫ਼ਤਗੂ ਹੋਵੇਗੀ। ਤੇ ਮਾਸ਼ਾਅੱਲਾ ਵੀਡੀਓ ਬਣ ਰਹੀਆਂ ਨੇ, 4 ਕੈਮਰੇ ਲੱਗੇ ਨੇ ਇਹਨਾਂ ਦੀ ਮੌਜੂਦਗੀ ਦੇ ਅੰਦਰ। ਗੱਲ ਕਰਨਾ ਪਿਆ ਔਰ ਪੱਕੀ ਔਰ ਪੀੜੀ ਗੱਲ ਕਰਾਂਗਾ ਕਿਉਂਕਿ ਪੂਰੀ ਦੁਨੀਆ ਤੇ ਜਾਣੀ ਹੈ। ਮਾਸ਼ਾਅੱਲਾ ਮੁਲਤਾਨੀ ਸਾਊਂਡ ਸਿਸਟਮ ਅੱਲਾ ਮਜ਼ੀਦ ਬਰਕਤਾਂ ਅਤਾ ਫਰਮਾਏ, ਪੂਰੇ ਨੈਟਵਰਕ ਦੇ ਨਾਲ ਮੌਜੂਦ ਨੇ ਅੱਲਾ ਇਜ਼ਤਾਂ ਅਤਾ ਫਰਮਾਏ। ਬਾਬਾ ਜੀ ਉਹ ਖੁਸ਼ ਨਸੀਬ ਬਾਪ ਹੁੰਦਾ ਕਿ ਜਿਹਦੇ ਪੁੱਤਰ ਬਾਪ ਦੀ ਕਬਰ ਤੇ ਜਾਣ। ਹਜ਼ਰਤ ਤਵੱਜੋ ਕਰਨੀ ਸਾਰੇ ਭਾਈ ਭਾਈ ਮਾਸ਼ਾਅੱਲਾ।
ਪਿਛਲਾ ਵੀ ਤੁਹਾਡਾ ਬਿਆਨ ਲੱਖਾਂ ਦੁਨੀਆਂ ਨੇ ਯੂਟਿਊਬ ਤੇ ਸੁਣਿਆ, ਫੇਸਬੁੱਕ ਤੇ, ਤੇ ਮੈਂ ਚਾਹਨਾ ਕਿ ਇਹ ਵੀ ਬਿਆਨ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਜਿਸ ਮਾਂ ਪਿਓ ਨੇ ਸਾਰੀ ਜ਼ਿੰਦਗੀ ਆਪਣੇ ਪੁੱਤਰਾਂ ਵਾਸਤੇ ਕੀਤਾ, ਅੱਜ ਪੁੱਤਰ ਵੀ ਅੰਮਾ ਨੂੰ ਵੀ ਯਾਦ ਪੇ ਕਰਦੇ ਨੇ ਤੇ ਅੱਬੇ ਨੂੰ ਵੀ ਯਾਦ ਪੇ ਕਰਦੇ ਨੇ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਕੇ ਨਾ ਬਾਬਾ ਜੀ, ਵਾਲਦੈਨ ਦੀ ਮਿਸਲ ਕੋਈ ਨਹੀਂ, ਵਾਲਦੈਨ ਦੀ ਮਿਸਾਲ ਕੋਈ ਨਹੀਂ। ਇਹ ਮੈਂ ਅਲਗ ਐਲਾਨ ਮੈਂ ਗੱਲ ਕਰਨਾ, ਇਹਨਾਂ ਦੀ ਮੁਹੱਬਤ ਹਰ ਸਾਲ, ਔਰ ਮੈਨੂੰ ਮਲਕ ਸ਼ਬਾਨ ਸਾਹਿਬ ਫੋਨ ਤੇ ਮੈਨੂੰ ਕਹਿ ਰਹੇ ਸਨ, ਕਿਬਲਾ ਵੀ ਇਹ ਚੌਧਰੀ ਸਗੀਰ ਸਾਹਿਬ ਵੀ ਇਸ ਚੀਜ਼ ਦੇ ਗਵਾਹ ਨੇ ਕਿ ਦੋਂ ਦੇਗਾਂ ਤੋਂ ਕੰਮ ਸ਼ੁਰੂ ਕੀਤਾ, ਇਹ ਸਾਹਮਣੇ ਬੈਠੇ ਨੇ, ਮੈਂ ਗੱਲ ਦੂਰ ਦੀ ਨਹੀਂ ਪਿਆ ਕਰਦਾ, ਇਹ ਮਲਕ ਸਾਹਿਬ ਸਾਹਮਣੇ ਨੇ, ਉਹਨਾਂ ਦੇ ਭਾਈ ਸਾਹਮਣੇ ਬੈਠੇ ਨੇ, ਕਹਿੰਦੇ ਨੇ ਦੋਂ ਦੇਗਾਂ ਤੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਅਲਹਮਦੁਲਿਲਾ 35-40 ਦੇਗਾਂ ਦੇ ਕੰਮ ਪਹੁੰਚ ਗਏ। ਤੇ ਮੈਨੂੰ ਇਮਾਨਦਾਰੀ ਨਾਲ ਦੱਸੋ ਯਾਰ, ਜਿੰਨੇ ਬੈਠੇ ਹੋ ਕੇ ਇਹਨਾਂ ਨੂੰ ਘਾਟਾ ਪਿਆ, ਕੋਈ ਨੁਕਸਾਨ ਹੋਇਆ? ਮਲਕ ਸਾਹਿਬ ਨੁਕਸਾਨ ਹੋਇਆ ਕਿ ਫਾਇਦਾ ਹੋਇਆ? ਔਰ ਫੋਨ ਤੇ ਰੋਂਦੇ ਪਏ ਸਨ, ਕਹਿੰਦੇ ਪਏ ਸਰਕਾਰੀ ਸਾਹਿਬ ਸਾਰਾ ਮੇਰੀ ਮਾਂ ਦੀ ਦੁਆ ਦਾ ਕਮਾਲ, ਕਸਮ ਖੁਦਾ ਦੀ ਸਾਹਮਣੇ ਬੈਠੇ ਸਾਰਾ ਮੇਰੀ ਮਾਂ ਦੀ ਦੁਆ ਦਾ ਕਮਾਲ, ਬਾਪ ਦੀ ਦੁਆ। ਮੈਂ ਅਲਲ ਐਲਾਨ ਨੰਦਨਪੁਰ ਵਾਲੇ ਤੁਹਾਨੂੰ ਦੱਸਾਂ, ਬੰਦਾ ਡੁੱਬਦਾ ਵੀ ਹੋਵੇ ਨਾ, ਬੰਦਾ ਡਿੱਗਦਾ ਵੀ ਹੋਵੇ ਨਾ, ਤੇ ਪਿੱਛੇ ਮਾਂ ਪਿਓ ਦੀ ਦੁਆ ਹੋਵੇ ਨਾ, ਤੇ ਡੁੱਬਦੇ ਨੇ ਵੀ ਮਾਂ ਪਿਓ ਦੀ ਦੁਆ ਤਾਰ ਛੱਡਦੀ ਹੈ, ਡਿੱਗਦੇ ਨੇ ਵੀ ਮਾਂ ਪਿਓ ਦੀ ਦੁਆ ਤਾਰ ਛੱਡਦੀ, ਉਠਾ ਛੱਡਦੀ ਹੈ। ਅੱਜ ਸਾਰਾ ਇਹਨਾਂ ਦਾ ਮਾਸ਼ਾਅੱਲਾ ਭਤੀਜੇ ਵੀ ਬੈਠੇ ਨੇ, ਪੂਰਾ ਖਾਨਦਾਨ ਬੈਠਾ ਹੈ। ਬਾਬਾ ਜੀ ਜੁਮਲੇ ਸਮਾਤ ਫਰਮਾਇਆ ਜੇ, ਅੱਲਾ ਦਾ ਕੁਰਾਨ ਐਲਾਨ ਫਰਮਾ ਰਿਹਾ, 15 ਸਪਾਰਾ ਸੂਰਤ ਬਨੀ ਇਸਰਾਈਲ, ਅੱਲਾ ਫਰਮਾਦਾ ਉਫਿਮ ਵਲਾ ਤਨਹਰਹੁਮਾ ਵਕੁਲਹੁਮਾ ਕੌਲਨ ਕਰੀਮਾ, ਫਰਮਾਇਆ ਆਪਣੇ ਵਾਲਦੈਨ ਦੇ ਸਾਹਮਣੇ ਤੁਸੀਂ ਉਫ ਵੀ ਨਹੀਂ ਕਰਨਾ, ਉਫ ਵੀ ਨਹੀਂ ਕਰਨਾ। ਬਾਬਾ ਜੀ ਜ਼ਰਾ ਮੇਰੇ ਵੱਲ ਤਵੱਜੋ ਕਰਦੇ ਜੀ, ਅੰਮਾ ਦੇ ਸਾਹਮਣੇ, ਬਾਪ ਦੇ ਸਾਹਮਣੇ ਤੁਸੀਂ ਲਫ਼ਜ਼ੇ ਉਫ ਵੀ ਨਹੀਂ ਕਹਿਣਾ, ਲਫ਼ਜ਼ੇ ਉਫ ਕੀ ਹੈ ਬਜ਼ੁਰਗੋ? ਅੱਬੇ ਨੇ ਕੋਈ ਗੱਲ ਕੀਤੀ ਨਾ ਪੁੱਤਰ ਨੇ, ਅੱਬੇ ਨੇ ਆਖਿਆ ਪੁੱਤਰ ਫਲਾਣੀ ਜਗ੍ਹਾ ਤੇ ਜਾਣਾ ਹੈ, ਬੰਦਾ ਉਹ ਇਹ ਪੰਜਾਬੀ ਜਾਂਦੇ, ਉਹ ਇਹ ਕਿਹੜੀ ਗੱਲ ਹੈ? ਅੱਲਾ ਫਰਮਾਂਦਾ ਤੂੰ ਅੱਬੇ ਦੇ ਸਾਹਮਣੇ ਉਫ ਵੀ ਨਹੀਂ ਕਰ ਸਕਦਾ, ਤੂੰ ਮਾਂ ਦੇ ਸਾਹਮਣੇ ਉਫ ਵੀ ਨਹੀਂ ਕਰ ਸਕਦਾ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਉਠਾ ਗਿਆ ਨਾ, ਜਿਨ੍ਹਾਂ ਤੇ ਅੱਲਾ ਦੀ ਰਹਿਮਤ ਹੁੰਦੀ ਹੈ ਤੇ ਰਹਿਮਤ ਆਮ ਨਹੀਂ ਹੁੰਦੀ ਤੇ ਐਵੇਂ ਨਹੀਂ ਹੁੰਦੀ, ਉਹਨਾਂ ਦੇ ਪਿੱਛੇ ਮਾਂ ਵੀ ਦੁਆਵਾਂ ਕਰਦੀ ਹੁੰਦੀ ਹੈ ਤੇ ਬਾਪ ਵੀ ਦੁਆਵਾਂ ਕਰਦਾ ਹੁੰਦਾ ਹੈ। ਇਸੇ ਵਾਸਤੇ ਬਾਬਾ ਜੀ ਮੁਹੰਮਦ ਬੋਡਾ ਗੁਜਰਾਤੀ ਰਹਿਮਤ ਲਾਲ ਹੈ, ਆਪ ਨੇ ਕਲਮ ਉਠਾਈ ਹੈ, ਨਕਸ਼ਾ ਪੇਸ਼ ਕੀਤਾ ਹੈ, ਆਲਾ ਨਕਸ਼ਾ ਬਿਆਨ ਕਰ ਗਏ ਨੇ। ਮੁਹੰਮਦ ਬੋਡਾ ਗੁਜਰਾਤੀ ਆਉਂਦੇ ਨੇ, ਜਿਹੜੇ ਕਹਿੰਦੇ ਸਨ ਮਰਾਂਗੇ, ਆਏ ਹਾਏ ਇੱਧਰ ਵੇਖਿਆ ਜੇ, ਜਿਹੜੇ ਕਹਿੰਦੇ ਸਨ ਮਰਾਂਗੇ, ਹੈ ਨਾ ਲੈ ਤੇਰੇ, ਬਾਬਾ ਜੀ ਇੱਧਰ ਵੇਖਿਆ ਜੇ, ਜਿਹੜੇ ਕਹਿੰਦੇ ਸਨ ਮਰਾਂਗੇ, ਹੈ ਨਾ ਲੈ ਤੇਰੇ, ਹਜੇ ਉਹ ਨਾਮੀ ਬਾ ਮਰਾਂਗੇ, ਸ਼ੁਰੂ ਹੀ ਹੋ ਗਏ ਜੂ ਤਕਰੀਰ, ਇੱਧਰ ਵੇਖਿਆ ਜੇ, ਜਿਹੜੇ ਕਹਿੰਦੇ ਸਨ ਮਰਾਂਗੇ, ਹੈ ਨਾ ਲੈ ਤੇਰੇ, ਹਜੇ ਉਹ ਨਾਮੀ ਬਾ ਜੀਆਂ ਨੇ, ਇੱਧਰ ਵੇਖਿਆ ਜੇ, ਜਿਹੜੇ ਸੀਤਾ ਕਹਿੰਦੇ ਹੈ ਦਿਨੇ ਰਾਤੀ, ਹਜੇ ਉਹ ਨਾਮੀ
ਹਰੀਆਂ ਮਾਰੀਆਂ ਨੇ ਜਦੀ ਚਮਨ ਅੰਦਰ ਖਜ਼ਾਨੇ ਹੈ ਵਾਲੇ ਖੋਲੇ ਤੇ ਪੰਛੀ ਉੱਡੀ ਗਏ ਆਏ ਹਾਏ ਪੰਛੀ ਉੱਡੀ ਗਏ ਕੋਠੜੀ ਮਿਲਣੀਆਂ ਹੱਲਾ ਦੀ ਕਸਮ ਕਸੂਰ ਵਾਲਿਆ ਜੁਮਲੇ ਸੁਣਿਆ ਨੇ ਹਰ ਬੰਦੇ ਨੇ ਮੁੱਕ ਜਾਣਾ ਏ ਹਰ ਬੰਦੇ ਨੇ ਮਰ ਜਾਣਾ ਏ ਕੋਈ ਜਵਾਨੀ ਦੇ ਅੰਦਰ ਪਿਆ ਜਾ ਰਿਹਾ ਏ ਕੋਈ ਬਚਪਨ ਦੇ ਅੰਦਰ ਜਾ ਰਿਹਾ ਏ ਕੋਈ ਲੜਕਪਣ ਦੇ ਅੰਦਰ ਜਾ ਰਿਹਾ ਏ ਜਿੰਨੀ ਆਉਣਾ ਉਹਨੇ ਮੌਤ ਦਾ ਜਾਗਾ ਚਖਣਾ ਏ ਮਲਕ ਸ਼ਬਾਨ ਸਾ ਲੱਖਾਂ ਦੁਨੀਆਂ ਆਏਗੀ ਹਸੀਨੇ ਲਾਣ ਵਾਲੀ ਮਾਂ ਨਹੀਂ ਆਏਗੀ ਹਸੀਨੇ ਲਾਣ ਵਾਲਾ ਬਾਪ ਨਹੀਂ ਆਏਗਾ ਜਿਹੜਾ ਖੈਰਾ ਮੰਗਦਾ ਆਉਂਦਾ ਏ ਯਾਲਾ ਮੇਰੇ ਬੱਚਿਆਂ ਦੀਆਂ ਖੈਰਾਂ ਆਉਣ ਜਿਹੜੀ ਮਾਂ ਦੁਆਵਾਂ ਮੰਗਦੀ ਰਹੀ ਮੌਲਾ ਮੇਰੇ ਪੁੱਤਰਾਂ ਦੀ ਖੈਰ ਹੋਵੇ ਸਾਰੀ ਦੁਨੀਆਂ ਛੱਡ ਜਾਂਦੀ ਜੇ ਰਿਸ਼ਤੇਦਾਰ ਛੱਡ ਜਾਂਦੇ ਨੇ ਇੱਧਰ ਵੇਖਿਆ ਰੇ ਰਿਸ਼ਤੇਦਾਰ ਛੱਡ ਜਾਂਦੇ ਨੇ ਥੱਲਕਦਾਰ ਛੱਡ ਜਾਂਦੇ ਨੇ ਹੈ ਵੀਰ ਛੱਡ ਜਾਂਦੇ ਨੇ ਸਜਣਾ ਮਾਵਾਂ ਛੱਡ ਕੇ ਨਹੀਂ ਜਾਂਦੀਆਂ ਹੈ ਪਿਓ ਛੱਡ ਕੇ ਨਹੀਂ ਜਾਂਦੇ ਇਹਦੇ ਔਲਾਦ ਨੂੰ ਸੀਨੇ ਲਾ ਲੈਂਦੇ ਨੇ ਇਹਦੇ ਪੁੱਤਰਾਂ ਨੂੰ ਸੀਨੇ ਲਾ ਲੈਂਦੇ ਨੇ ਹੱਲਾ ਦੀ ਕਸਮ ਬਾਬਾ ਜੁਮਲੇ ਸੁਣਿਆ ਹੈ ਜਿਨ੍ਹਾਂ ਮਾਂ ਨੂੰ ਸੀਨੇ ਲਾ ਲਿਆ ਜਿਨ੍ਹਾਂ ਬਾਪ ਨੂੰ ਸੀਨੇ ਲਾ ਲਿਆ ਹੱਲਾ ਨੇ ਉਹਨਾਂ ਦੀ ਕਬਰ ਨੂੰ ਜੰਨਤ ਬਣਾਇਆ ਹਜੇ ਬਾਪ ਵੀ ਕੋਈ ਨਹੀਂ ਹਜੇ ਮਾਂ ਵੀ ਕੋਈ ਨਹੀਂ ਹਜੇ ਅਲੀ ਇਲਾਨ ਸੁਲਤਾਨੀ ਕਹਿ ਰਿਹਾ ਏ ਹੱਲਾ ਦੀ ਕਸਮ ਮਾਵਾਂ ਨਾਲ ਪਿਆਰ ਕਰਨ ਵਾਲਿਆ ਹਜੇ ਵੀਡੀਓ ਬਣ ਰਹੀ ਸਾਰੀ ਦੁਨੀਆ ਨੂੰ ਪੈਗਾਮ ਏ ਦੁਨੀਆਂ ਰੁਸਦੀ ਏ ਰੁਸ ਜਾਏ ਰਿਸ਼ਤੇਦਾਰ ਰੁਸਦੇ ਨੇ ਰੁਸ ਜਾਣ ਮਲਕ ਸਾ ਕਦੀ ਮਾਂ ਨੂੰ ਰੁਸਣ ਨਾ ਦਿਆਰ ਕਦੀ ਪਿਓ ਨੂੰ ਰੁਸਣ ਨਾ ਦਿਆਰ ਕਦੀ ਮਾਂ ਨੂੰ ਗਾਲੀ ਨਾ ਦਿਆਰ ਇੱਧਰ ਵੇਖੀ ਕਦੀ ਪਿਓ ਨੂੰ ਗਾਲੀ ਨਾ ਦਿਆ ਰੇ ਆਪਣੇ ਅੱਬੇ ਦੇ ਹੱਥ ਚੁੰਮ ਲਿਆ ਰੇ ਆਪਣੀ ਮਾਂ ਦੇ ਹੱਥ ਚੁੰਮ ਲਿਆ ਰੇ ਅੱਲਾ ਦੀ ਕਸਮ ਬਾਬਾ ਤੇਰੇ ਅਥਰੂ ਆ ਜਾਣਗੇ ਮੇਰੇ ਨਬੀ ਨੇ ਫਰਮਾਇਆ ਸਹਾਬਾ ਜੀ ਆ ਤਾਂ ਹੁਕਮ ਆਵੇ ਫਰਮਾਇਆ ਮਾਂ ਦੀਆਂ ਪੈਰਾਂ ਥੱਲੇ ਜੰਨਤ ਆਓ ਮੇਰੇ ਉਹ ਬਾਬਿਓ ਜੁਮਲੇ ਸੁਣਿਆ ਰੇ ਮੇਰੇ ਮੁਹੰਮਦ ਦਾ ਐਲਾਨ ਸੁਣਿਆ ਰੇ ਮੇਰੇ ਨਬੀ ਦਾ ਐਲਾਨ ਸੁਣਿਆ ਰੇ ਬਾਬਾ ਮੇਰੇ ਨਬੀ ਨੇ ਫਰਮਾਇਆ ਏ ਮਾਂ ਦੀਆਂ ਪੈਰਾਂ ਥੱਲੇ ਜੰਨਤ ਹੈ ਮਾਂ ਦੀਆਂ ਕਦਮਾਂ ਥੱਲੇ ਜੰਨਤ ਹੈ ਜਿਹੜਾ ਬਾਪੇ ਹੈ ਜੰਨਤ ਦਾ ਦਰਵਾਜ਼ਾ ਬਣ ਕੇ ਆਇਆ ਬਾਪ ਜੰਨਤ ਦਾ ਦਰਵਾਜ਼ਾ ਜੇ ਸਜਣਾ ਬਾਪ ਜੰਨਤ ਦਾ ਮੇਨ ਗੇੜੇ ਅੱਜ ਮਲਕਾਂ ਦੀ ਮਹਿਫਲ ਵਿੱਚ ਬਹਿ ਕੇ ਸੁਲਤਾਨੀ ਕਹਿ ਰਿਹਾ ਏ ਆਪਣੀ ਮਾਂ ਦੀ ਦੁਆ ਲੈ ਲਿਆ ਰੇ ਆਪਣੇ ਬਾਪ ਦੀ ਦੁਆ ਲੈ ਲਿਆ ਰੇ ਹੱਲਾ ਦਾ ਕੁਰਾਨ ਕਹਿ ਰਿਹਾ ਏ ਉਹ ਫਿਫਲਾ ਤਨ ਹਰ ਹੁਮਾ ਵਕੁੱਲਹੁਮਾ ਕੌਲਨ ਕਰੀਮਾ ਫਰਮਾਇਆ ਮਾਂ ਦੇ ਸਾਹਮਣੇ ਉਫਲਾ ਕਰਿਆ ਰੇ ਫਰਮਾਇਆ ਬਾਪ ਦੇ ਸਾਹਮਣੇ ਉਫਲਾ
ਕਰਿਆ ਰੇ ਅੱਲਾ ਦਾ ਕੁਰਾਨ ਕਹਿ ਰਿਹਾ ਏ ਬਾਬਾ ਜੀ ਮੁਹੰਮਦ ਦੀ ਜ਼ੁਬਾਨ ਕਹਿ ਰਹੀ ਏ ਮੇਰੇ ਨਬੀ ਨੇ ਫਰਮਾਇਆ ਜਿਹਨੇ ਮਾਂ ਪਿਓ ਨੂੰ ਸਤਾਇਆ ਏ ਜਿਹਨੇ ਮਾਂ ਪਿਓ ਦੀ ਨਾ ਫਰਮਾਨੀ ਕੀਤੀ ਏ ਜਿਹਨੇ ਮਾਂ ਨੂੰ ਤੰਗ ਕੀਤਾ ਵੇ ਜਿਹਨੇ ਬਾਪ ਨੂੰ ਤੰਗ ਕੀਤਾ ਏ ਅੱਲਾ ਉਹਦੀ ਦੁਨੀਆ ਨੂੰ ਜਾੜ ਦਿੰਦਾ ਵੇ ਅੱਲਾ ਉਹਦੀ ਕਬਰ ਜਹੰਨਮ ਬਣਾ ਦਿੰਦਾ ਏ ਮਲਕ ਸਾਹਿਬ ਮੈਨੂੰ ਇਮਾਨਦਾਰੀ ਨਾ ਦੱਸਦਾ ਰੇ ਤਾਂ ਤੇ ਮੀਆਂ ਮੁਹੰਮਦ ਬਖਸ਼ ਬੋਲੇ ਨੇ ਤਾਂ ਤੇ ਰੂਮੀਏ ਕਸ਼ਮੀਰ ਬੋਲਿਆ ਏ ਤਾਂ ਤੇ ਗੁਜਰਾਂ ਜਾ ਬਾਬਾ ਬੋਲਿਆ ਏ ਤੇ ਮੀਆਂ ਸਾਹਿਬਾਂ ਨੇ ਸਦਾ ਨਾ ਬਾਗੀ ਆਏ ਹਾਏ ਨਹੀਂ 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 ਇੰਜ ਨਹੀਂ ਤਰ ਅੰਦਰੂ ਸੁਣਨਾ ਸਦਾ ਨਾ ਬਾਗੀ ਹੈ ਬੁੱਲ ਬੋਲੇ ਬੋਲੇ ਇੱਧਰ ਵੇਖੋ ਯਾਰ ਹੈ ਸਦਾ ਨਾ ਬਾਗੀ ਹੈ ਬੁੱਲ ਬੋਲੇ ਬੋਲੇ ਸਦਾ ਨਾ ਬਾਗ ਬਹਾਰਾ ਹੈ ਸਦਾ ਨਾ ਬਾਗੀ ਹੈ ਬੁੱਲ ਬੋਲੇ ਬੋਲੇ ਤੇ ਸਦਾ ਨਾ ਬਾਗ ਬਹਾਰਾ ਤੇ ਸਦਾ ਨਾ ਮਾਪੇ ਹੁਸਨ ਜਵਾਨੀ ਤੇ ਸਦਾ ਨਾ ਸੋਹਬਤ ਯਾਰਾ ਅੱਜ ਮਾਂ ਦੇ ਸਾਹਮਣੇ ਉੱਚੀ ਬੋਲਣਾ ਏ ਅੱਜ ਪਿਓ ਦੇ ਸਾਹਮਣੇ ਉੱਚੀ ਬੋਲਣਾ ਏ ਅੱਜ ਬੀਵੀ ਰਾਜੀ ਤੇ ਮਾਂ ਬਾਬਾ ਜੀ ਨਾਰਾਜ਼ ਅੱਜ ਬੀਵੀ ਦੇ ਸਾਹਮਣੇ ਮਾਂ ਨੂੰ ਝਿੜਕਾ ਅੱਜ ਬੀਵੀ ਦੇ ਸਾਹਮਣੇ ਪਿਓ ਨੂੰ ਝਿੜਕਾ ਚਲਿਆ ਨਾਨਾ ਇਹਨਾਂ ਸਦਾ ਤੇਰੇ ਵੇੜੇ ਨਹੀਂ ਰਹਿਣਾ ਇਹਨਾਂ ਸਦਾ ਤੇਰੀ ਕੁੱਲੀ 'ਚ ਨਹੀਂ ਰਹਿਣਾ ਮਲਕ ਸ਼ਬਾਨ ਸਾਹਿਬ ਅੱਲਾ ਦੀ ਕਸਮ ਉਠਾ ਕੇ ਦੱਸਿਆ ਰਹੇ ਅੱਜ ਜਿੰਨੇ ਰੰਗ ਲੱਗੇ ਨੇ ਪਿੱਛੇ ਕਿੰਨੀਆਂ ਦੁਮਾਵਾਂ ਲੱਗੀਆਂ ਨੀ ਹੈ ਤੈਨੂੰ ਦੁਨੀਆਂ ਕਦੀ ਨਾ ਪੁੱਛਦੀ ਹੈ ਤੈਨੂੰ ਦੁਨੀਆਂ ਕਦੀ ਕੋਲ ਨਾ ਬਿਠਾਉਂਦੀ ਹੈ ਤੇਰੀ ਮਾਂ ਜਾਂਦੀ ਵਾਰੀ ਦੁਮਾਵਾਂ ਮੰਗ ਗਈ ਹੈ ਮੇਰੇ ਮੌਲਾ ਮੇਰਾ ਪੁੱਤਰ ਯਾਲਾ ਮੇਰੇ ਇਹਨੇ ਸਦਾ ਦੇਣ ਸਜਣਾ ਮਾਵਾਂ ਦੁਆਵਾਂ ਮੰਗਦੀਆਂ ਮਰ ਜਾਂਦੀਆਂ ਨੇ ਹੋਏ ਮਾਵਾਂ ਖੈਰਾਂ ਮੰਗਦੀਆਂ ਮਰ ਜਾਂਦੀਆਂ ਨੇ ਹੋਏ ਆਪਣੇ ਪੁੱਤਰਾਂ ਦੀਆਂ ਖੈਰਾਂ ਮੰਗਦੀਆਂ ਨੇ ਹਜ਼ਰਾ ਜੁਮਲੇ ਸੁਣਿਆਰ ਜਦੋਂ ਮਾਂ ਦਾ ਜਨਾਜ਼ਾ ਉੱਠਦਾ ਏ ਹੋਏ ਦੀਆਂ ਮਾਂ ਦੀ ਚਾਰ ਭਾਈ ਨੂੰ ਜਫੇ ਮਾਰ ਲੈਂਦੀਆਂ ਨੇ ਮਲਕ ਸਾਹਿਬ ਨਾਲੇ ਰੋਂਦੀਆਂ ਨੇ ਨਾਲੇ ਆਉਂਦੀਆਂ ਨੇ ਅੰਮਾ ਪੇਕੇ ਮਕਾ ਗਈਏ ਅੰਮਾ ਜਿਹਦੇ ਵਿਹੜੇ ਆਵਾਂਗੀਆਂ ਮਲਕ ਸਾਹਿਬ ਤੇਰੇ ਮਜਮੇ ਦੀਆਂ ਅੱਖਾਂ ਨਵੇਂ ਹੋ ਗਈਆਂ ਨੇ ਹੋਏ ਰੋਂਦੀਆਂ ਪੈਣਾ ਹੀ ਆਉਂਦੀਆਂ ਨੇ ਆਉਂਦੀਆਂ ਨੇ ਵੀਰੋ ਸਾਡੇ ਪੇਕੇ ਮੁੱਕ ਗਏ ਨੇ ਮੁਹੰਮਦ ਅਲੀ ਅੱਲਾ ਦੀ ਕਸਮ ਉਠਾ ਗਿਆ ਨਾ ਹੋਏ ਮਾਵਾਂ ਨਾਲ ਵਿਹੜੇ ਦੀ ਰੌਣਕ ਆਉਂਦੀ ਏ ਹੋਏ ਮਾਵਾਂ ਨਾਲ ਵਿਹੜੇ ਦੀ ਬਹਾਰ ਆਉਂਦੀ ਏ ਮਲਕ ਸ਼ਬਾਨ ਮਾਵਾਂ ਨਾਲ ਵਿਹੜੇ ਦੀ ਬਹਾਰ ਆਉਂਦੀ ਆ ਹੋਏ ਪੁੱਫੀਆਂ ਵੀ ਤੇਰੇ ਵਿਹੜੇ ਆਉਂਦੀਆਂ ਨੇ ਚਾਚੀਆਂ ਵੀ ਤੇਰੇ ਵਿਹੜੇ ਆਉਂਦੀਆਂ ਨੇ ਤਾਏ ਵੀ ਤੇਰੇ ਵਿਹੜੇ ਆਉਂਦੇ ਨੇ ਹੋਏ ਜਿਸ ਵਿਹੜੇ ਮਾਂ ਆਉਂਦੀ ਏ ਮਲਕ ਸਾਹਿਬ ਉਹਦੇ ਵਿਹੜੇ ਠੰਡੀ ਛਾਂ ਆਉਂਦੀ ਏ ਅੱਜ ਦੀਆਂ ਮਾਂ ਦੀ ਮੰਜੀ ਨੂੰ ਫੜ ਲੈਂਦੀਆਂ ਨੇ ਅੱਜ ਵੀਰਾਂ ਨੂੰ ਆਉਂਦੀਆਂ ਨੇ ਜ਼ਰਾ ਹੋਰ ਠਹਿਰ ਜਾਓ ਅਸੀਂ ਮਾਂ ਵੇਖਣੀ ਏ ਜ਼ਰਾ ਹੋਰ ਠਹਿਰ ਜਾਓ ਅਸੀਂ ਆਪਣੀ ਅੰਮੀ ਨਾਲ ਦੋ ਗੱਲਾਂ ਕਰ ਲਈਏ ਮਲੇ ਬੱਲਾ ਤੇਰੇ ਅਥਰੂ ਸਲਾਮਤ ਰੱਖੇ ਜੁਮਲੇ ਸੁਣਿਆ ਨੇ ਹੈ ਤੀਆਂ ਅੰਮਾ ਦੀ ਚਾਰ ਪਾਈ ਰੋਕ ਲੈਂਦੀਆਂ ਨੇ ਸਜਣੋ ਪੈਣਾ ਰੋਕ ਲੈਂਦੀਆਂ ਨੇ ਆਉਂਦੀਆਂ ਨੇ ਦੋ ਘੜੀਆਂ ਠਹਿਰ ਜਾਇਆ ਰੇ ਹੱਸ ਤੋਂ ਬਾਅਦ ਸਾਨੂੰ ਮਾਂ ਨਜ਼ਰੀ ਨਹੀਂ ਆਏਗੀ ਅੱਜ ਤੋਂ ਬਾਅਦ ਸਾਨੂੰ ਮਾਂ ਦਾ ਚਿਹਰਾ ਨਜ਼ਰੀ ਨਹੀਂ ਆਏਗਾ ਸਜਣਾ ਉਹਨਾਂ ਲੋਕਾਂ ਨੂੰ ਪੁਚਕਾਰ ਜਿਨ੍ਹਾਂ ਦੀਆਂ ਮਾਵਾਂ ਕਬਰਸਤਾਨ ਡੇਰੇ ਲਾ ਲੈਣੇ
ਜਿਨ੍ਹਾਂ ਦੇ ਪਿਓਵਾਂ ਨੇ ਕਬਰਸਤਾਨ ਡੇਰੇ ਲਾ ਲੈਣੇ। ਅੱਜ ਗੱਡੀਆਂ ਆਈਆਂ ਮਾਂ ਵੇਖਣ ਨਹੀਂ ਆਈ, ਅੱਜ ਜ਼ਮੀਨਾਂ ਲਈਆਂ ਮਾਂ ਵੇਖਣ ਨਹੀਂ ਆਈ। ਸੁਭਾਨ ਅੱਜ ਲੱਖ ਪਤੀ ਆ ਗਿਆ, ਅੱਜ ਮਾਂ ਦੀ ਤੇਰੀਆਂ ਨਜ਼ਰਾਂ ਉਤਾਰਦੀ, ਅੱਜ ਮਾਂ ਦੀ ਫੁੱਲ ਵਜਾਉਂਦੀ। ਹਾਂਜੀ ਸ਼ੁਕਰ ਹੈ ਮੌਲਾ ਮੇਰੇ ਪੁੱਤਰ ਨੂੰ ਰੰਗ ਲਾਏ ਨੀ। ਸਜਣਾ ਰੰਗ ਲੱਗਣ ਵਾਲੀ ਵੇਖਣ ਵਾਲੀ ਕੋਈ ਨਹੀਂ ਜੇ ਰਹੀ, ਅੱਜ ਖੈਰਾ ਮੰਗਣ ਵਾਲੀ ਕੋਈ ਨਹੀਂ ਜੇ ਰਹੀ, ਅੱਜ ਸੀਨੇ ਲਾ ਕੇ ਪਿਆਰ ਕਰਨ ਵਾਲੀ ਕੋਈ ਨਹੀਂ ਜੇ ਰਹੀ। ਜਿਹੜੀ ਆਉਂਦੀ ਸੀ ਬਿਸਮਿਲਾ ਕਰਾਂ, ਹੇ ਮੇਰੇ ਉਹ ਸਦਾ ਦਿਓ ਮਲਕ ਸ਼ਬਾਨ ਜੁਮਲੇ ਸੁਣਿਆ ਨੇ। ਹੇ ਮਾਰੇ ਜਾਨ ਜਿਨਾ ਦੀਆਂ ਮਾਵਾਂ, ਹਾਏ ਹਾਏ ਇੱਧਰ ਵੇਖਿਓ ਯਾਰ, ਹੇ ਮਾਰੇ ਜਾਨ ਜਿਨਾ ਦੀਆਂ ਮਾਵਾਂ, ਹੁਣਾਂ ਦਿੰਦਾ ਕੌਣ ਪਿਆਰੇ। ਹੇ ਮਾਰੇ ਜਾਨ ਜਿਨਾ ਦੀਆਂ ਮਾਵਾਂ, ਹੁਣਾਂ ਦਿੰਦਾ ਕੌਣ ਪਿਆਰੇ। ਹੇ ਮਾਂ ਬਿਨਾ ਸਾਰੀ ਦੁਨੀਆਂ ਲੱਗਦੀ ਓ ਜਾੜੇ, ਹਾਏ ਹਾਏ। ਹੇ ਮਾਰੇ ਜਾਨ ਜਿਨਾ ਦੀਆਂ ਮਾਵਾਂ, ਸ਼ਬਾਨ ਤੇਰੇ ਰੋਰ ਦੇ ਦਿਲਵਾਇਆ ਵਾ। ਬਾਬਾ ਜੀ 12 ਸਾਲ ਦਾ ਬੱਚਾ ਏ, ਉਹਨੇ ਮਿੱਠਾ ਪਾਣੀ ਕੂਲਰ ਚ ਪਾਇਆ ਹੋਇਆ ਏ। ਹੈ ਤੇਰੇ ਕਸੂਰ ਸ਼ਹਿਰ ਦੀ ਗੱਲ ਸੁਣਾ ਰਿਹਾ ਵਾ, ਹੈ ਤੇਰੇ ਕਸੂਰ ਸ਼ਹਿਰ ਦੀ ਜੀਟੀ ਰੋਡ ਦੀ ਗੱਲ ਸੁਣਾ ਰਿਹਾ ਵਾ। ਬਾਬਾ ਜੀ 12 ਸਾਲ ਦਾ ਬੱਚਾ ਏ, ਬਾਬਾ ਜੀ ਗਰਮੀ ਚ ਪਾਣੀ ਦਾ ਕੂਲਰ ਲੈ ਕੇ ਖਲੋਤਾ ਹੋਇਆ ਏ। ਹਲੋ ਕਹਿੰਦਾ ਮਿੱਠਾ ਪਾਣੀ ਲੈ ਲੋ। ਬਾਬਾ ਜੀ ਬੜਾ ਤਰਸ ਆਇਆ ਉਸ ਬੱਚੇ ਤੇ, ਮੈਂ ਗੱਡੀ ਖਲਾ ਲਿਆ ਬੱਚੇ ਨੂੰ ਸੀਨੇ ਲਾ ਲਿਆ। ਮੈਂ ਕਿਹਾ ਬੱਚਿਆ ਗਰਮੀ ਬੜੀ ਹੋਏ, ਇੰਨੀ ਗਰਮੀ ਚ ਕਸੂਰ ਦੀ ਸੜਕ ਤੇ ਖਲੋਤਾ ਹੋਇਆ ਹੋਏ। ਬੱਚਿਆ ਤੈਨੂੰ ਗਰਮੀ ਨਹੀਂ ਲੱਗਦੀ? ਸੂਫੀ ਜੀ ਅੱਲਾ ਤੇਰਾ ਰੋਣਾ ਕਬੂਲ ਕਰੇ ਜੰਗਲੇ ਸੁਨਿਆਰੇ। ਬਾਬਾ ਜੀ ਉਹਦੇ ਹੱਥੋਂ ਆ ਗਏ ਨੇ, ਰੋ ਕੇ ਕਹਿੰਦਾ ਮੌਲਵੀ ਜੀ ਦੁੱਖਾਂ ਨੂੰ ਦੁੱਖ ਨਹੀਂ ਪੁੱਛੀਦੇ, ਹੇ ਦੁਖੀਆਂ ਦੇ ਦੁੱਖ ਨਹੀਂ ਫੋਲੀਦੇ। ਮੈਂ ਕਿਹਾ ਬੱਚਿਆ ਗੱਲ ਤੇ ਸੁਣ, ਬਾਬਾ ਜੀ ਜੁਮਲੇ ਸੁਣਿਆ ਰੇ, ਉਹਦੇ ਏਡੇ ਏਡੇ ਮੋਟੇ ਅੱਥਰੂ ਆਉਂਦੇ ਪਏ ਨੇ, ਗਲੇ ਰੋਂਦਾ ਪਿਆ ਏ। ਬਾਬਾ ਜੀ ਉਹਨੇ ਜੇਬ ਚੋਂ ਇੱਕ ਤਸਵੀਰ ਕੱਢੀ ਏ, ਰੋ ਕੇ ਮੈਨੂੰ ਆਂਦਾ ਮੌਲਵੀ ਜੀ ਮੈਨੂੰ ਅੱਲਾ ਦੀ ਕਸਮ ਲੱਗ ਜਾਏ, ਅੱਜ ਮਾਂ ਦੀ ਕਦੀ ਸੜਕਾਂ ਤੇ ਰੁਲਣ ਨਾ ਦਿੰਦੀ, ਅੱਜ ਮਾਂ ਦੀ ਕਦੀ ਨੰਗੀ ਪੈਰੀ ਟੁਰਨ ਨਾ ਦਿੰਦੀ। ਹੇ ਮਾਇਆ ਦੀ ਇਹ ਪੁੱਤਰਾ ਗਰਮੀ ਬੜੀ, ਫੇ ਮੇਰੀਆਂ ਸ਼ਹਿਜ਼ਾਦੀਆਂ ਪੱਖੇ ਥੱਲੇ ਬੈਠ ਹਨਕਾਰੀ ਸਾਹਿਬ ਅਸੀਂ ਰੁੱਲ ਗਏ। ਹੋਏ ਮੇਰੇ ਦੋ ਵੀਰ ਨੇ ਅਸੀਂ ਕਸੂਰ ਦੀਆਂ ਸੜਕਾਂ ਤੇ ਰੁੱਲ ਗਏ, ਸਾਨੂੰ ਪੁੱਛਣ ਕੋਈ ਨਹੀਂ ਆਉਂਦਾ, ਸਾਨੂੰ ਸੀਨੇ ਲਾਉਣ ਕੋਈ ਨਹੀਂ ਆਉਂਦਾ, ਸਾਡਾ ਹਾਲ ਕੋਈ ਨਹੀਂ ਪੁੱਛਦਾ। ਉਹ ਵੇਖੋ 8 ਸਾਲ ਦਾ ਬੱਚਾ ਰੋ ਰਿਹਾ ਹੈ। ਰੱਬੇ ਕਾਬਾ ਦੀ ਕਸਮ ਹੈ ਤੇਰੇ ਬੱਚਿਆਂ ਦੇ ਅਥਰੂ ਆ ਗਏ। ਸੌਂਡਾ ਨੇ ਮਿਹਰਬਾਨੀ ਜੁਮਲੇ ਸਮਾਪਤ ਕਰਿਆ ਰਿਹਾ, ਹਲਲ ਐਲਾਨ ਜੁਮਲੇ ਦੇ ਰਿਹਾ ਵਾ। ਮੈਨੂੰ ਰੋ ਕੇ ਆਂਦਾ ਮੌਲਵੀ ਜੀ ਅੱਜ ਮਾਂ ਆਉਂਦੀ ਤੇ ਕਦੀ ਇੰਜ ਰੁੱਲ ਨਾ ਦੇਂਦੀ, ਮੈਨੂੰ ਸ਼ਕੀਲ ਸਾਹਿਬ ਕੀ ਮਾਨ
ਦਾਰੀ ਨਾ ਦੱਸਿਆ ਰੇ ਹੋਏ ਮਾਵਾਂ ਕਿੱਡੇ ਲਾਡ ਲੜਾਂਦੀਆਂ ਨੇ ਹੋਏ ਮਾਵਾਂ ਕਿੱਡੇ ਲਾਡ ਲੜਾਂਦੀਆਂ ਨੇ ਹੋਏ ਪੁੱਤਰ ਬਿਮਾਰੋਂ ਜਾਏ ਸਗੀਰ ਸਾਹਿਬ ਮਾਂ ਸੀਨੇ ਲਾ ਕੇ ਬੈਠੀ ਰਹਿੰਦੀ ਆ ਹੋਏ ਪਿਓ ਸੌਂ ਜਾਂਦਾ ਮਾਵਾਂ ਸੌਂਦੀਆਂ ਕੋਈ ਨਹੀਂ ਕਦੀ ਪੁੱਤਰ ਦਾ ਮੱਥਾ ਦਬਾਉਂਦੀਆਂ ਨੇ ਕਦੀ ਪੁੱਤਰ ਦੇ ਹੱਥ ਕੁੱਟਦੀ ਏ ਕਦੀ ਪੁੱਤਰ ਦੇ ਪੈਰ ਦਬਾਉਂਦੀ ਏ ਫਿਰ ਰੋ ਰੋ ਕੇ ਆਉਂਦੀ ਏ ਮੌਲਾ ਮੇਰੇ ਪੁੱਤਰ ਨੂੰ ਸ਼ਿਫਾ ਦੇ ਦੇ ਮੌਲਾ ਮੇਰੇ ਪੁੱਤਰ ਨੂੰ ਸ਼ਿਫਾ ਦੇ ਦੇ ਅੱਜ ਨੰਦਨਪੁਰ ਦੀ ਸਰਜ਼ਮੀਨ ਚ ਸੁਲਤਾਨੀ ਪੜ ਚੱਲਾ ਏ ਸਾਡਾ ਮੌਲਵੀ ਜੀ 2 ਸਾਲ ਹੋ ਗਏ ਨੇ ਹੈ ਮੇਰੀ ਮਾਂ ਦਾ ਜਨਾਜ਼ਾ ਉੱਠਿਆ ਰੇ ਸਾਨੂੰ ਚਾਚੀਆਂ ਨੇ ਮੁੱਖ ਮੋੜ ਲੈਣੇ ਸਾਡੇ ਤਾਇਆਂ ਨੇ ਮੁੱਖ ਮੋੜ ਲੈਣੇ ਸਾਡੇ ਮਾਮਿਆਂ ਨੇ ਮੁੱਖ ਮੋੜ ਲੈਣੇ ਹੋਏ ਕਸੂਰ ਵਾਲਿਆ ਨਾਲੇ ਰੋਈ ਜਾ ਰਿਹਾ ਏ ਨਾਲੇ ਅਥਰੂ ਵਗਾਈ ਜਾ ਰਿਹਾ ਏ ਤੇ ਨਾਲੇ ਆਂਦਾ ਮਾਂ ਮਰੇ ਤੇ ਆਏ ਹਾਏ ਇੱਧਰ ਵੇਖੀ ਹੋਏ ਮਾਂ ਮਰੇ ਤੇ ਹੋਏ ਮਾਪੇ ਮੁੱਕਦੇ ਬਾਬਾ ਜੀ ਮਾਂ ਮਰੇ ਤੇ ਅੱਜ ਮਲਕਾਂ ਦੀ ਮਹਿਫਲ ਵਿੱਚ ਸਾਰੇ ਆਇਓ ਹੱਲਾ ਦੀ ਕਸਮ ਰੋਣ ਵਾਲਿਆ ਮਾਵਾਂ ਮਾਵਾਂ ਆਉਂਦੀਆਂ ਨੇ ਹੋਏ ਮਾਵਾਂ ਛਾਵਾਂ ਆਉਂਦੀਆਂ ਨੇ ਹੋਏ ਮਾਂ ਮਰੇ ਤੇ ਹੋਏ ਮਾਪੇ ਮੁੱਕਦੇ ਸੁਣਿਓ ਯਾਰ ਹੋਏ ਮਾਂ ਮਰੇ ਤੇ ਹੋਏ ਮਾਪੇ ਮੁੱਕਦੇ ਅੱਲਾ ਦੀ ਕਸਮ ਹੋਏ ਮਾਂ ਮਰੇ ਤੇ ਹੋਏ ਸਜਣਾ ਮਾਪੇ ਮੁੱਕਦੇ ਹਾਤਾ ਵੀਰ ਮਰਨ ਬੇੜਾ ਵੇਲਾ ਹੋਏ ਬਾਪ ਮਰੇ ਹੋਏ ਮੁਹੰਮਦ ਬਖਸ਼ਾ ਉਜੜ ਜਾਂਦਾ ਜੇ ਮੇਲਾ ਹੋਏ ਬੱਚਾ ਰੋਈ ਜਾ ਰਿਹਾ ਉਹਨੇ ਜਨਾਬ ਮੈਨੂੰ ਵੀ ਰੁਲਾ ਛੱਡਿਆ ਵੇ ਹਨਕਾਰੀ ਸਭ ਮਾਵਾਂ ਮਾਵਾਂ ਹੀ ਹੁੰਦੀਆਂ ਨੇ ਹੋਏ ਮਾਵਾਂ ਗਰਮੀ ਤੂੰ ਵੀ ਬਚਾ ਲੈਂਦੀਆਂ ਨੇ ਹੋਏ ਮਾਵਾਂ ਸਰਦੀ ਤੂੰ ਵੀ ਬਚਾ ਲੈਂਦੀਆਂ ਨੇ ਮੈਨੂੰ ਸਗੀਰ ਇਮਾਨਦਾਰੀ ਨਾ ਦੱਸਿਆ ਰੇ ਹੋਏ ਕਿੱਡੇ ਲਾਡ ਲਡਾ ਕੇ ਜਵਾਨ ਕਿਰਦੀ ਰਹੀ ਆ ਕਦੀ ਮੱਥਾ ਚੁੰਮਦੀ ਰਹੀ ਹੈ ਹਾਂਜੀ ਆਉਣੀ ਹੈ ਮੇਰੇ ਉਹ ਪੁੱਤਰੋ ਪਰੇਸ਼ਾਨ ਆਇਓ ਯਾਰ ਹੋਏ ਮੇਰੇ ਉਹ ਮਲਕੋ ਟੈਨਸ਼ਨ ਨਾ ਲਿਆ ਰੇ ਅੱਜ ਮਾਂ ਤੁਹਾਡੇ ਸਿਰ ਤੇ ਮਜੋ ਦੇ ਹਜੇ ਅੱਪਾ ਸਿਰ ਤੇ ਮਜੋ ਦੇ ਰੱਬੇ ਕਾਬਾ ਦੀ ਕਸਮ ਬਕਸੂਰ ਵਾਲਿਆ ਜੁਮਲੇ ਸੁਣਿਆ ਰੇ ਇਹਨਾਂ ਮਾਵਾਂ ਨੂੰ ਦੁਖੀ ਨਾ ਕਰ ਜਾਇਆ ਰੇ ਇਹਨਾਂ ਮਾਵਾਂ ਦੀ ਬਦਵਾ ਨਾ ਲੈ ਜਾਇਆ ਰੇ ਸਗੀਰ ਸਾਹਿਬ ਅੱਲਾ ਦੀ ਕਸਮ ਉਠਾ ਕੇ ਆਨਾ ਵਾ ਹੋਏ ਮੈਂ ਵੇੜੇ ਉਜੜਦੇ ਵੇਖੇ ਰੇ ਹੋਏ ਮੈਂ ਹਵੇਲੀਆਂ ਉਜੜਦੀਆਂ ਵੇਖੀਆਂ ਰੇ ਹੋਏ ਮੈਂ ਕਾਰੋਬਾਰ ਉਜੜਦੇ ਵੇਖੇ ਰੇ ਜਿਨ੍ਹਾਂ ਮਾਵਾਂ ਨੂੰ ਧੱਕੇ ਮਾਰੇ ਨੇ ਜਿਨ੍ਹਾਂ ਪਿਓਵਾਂ ਨੂੰ ਧੱਕੇ ਮਾਰੇ ਨੇ ਮਲਕ ਸਾਹਿਬ ਮੈਂ ਹਵੇਲੀਆਂ ਵੇਖਦੀਆਂ ਵੇਖੀਆਂ ਨੇ ਮੈਂ ਜਾਇਦਾਦਾਂ ਵੇਖਦੀਆਂ ਵੇਖੀਆਂ ਨੇ ਜਿਨ੍ਹਾਂ ਪਿਓ ਨੂੰ ਸਤਾਇਆ ਰੇ ਜਿਨ੍ਹਾਂ ਮਾਂ ਨੂੰ ਸਤਾਇਆ ਰੇ ਆਓ ਮੇਰੇ ਵੱਲ ਜੁਮਲੇ ਸੁਣਿਆ ਰੇ ਬਾਬਾ ਜੀ ਮਾਂ ਤੇ ਫਿਰ ਮਾਂ ਆਉਂਦੀ ਏ ਇੱਕ ਅੱਲਾ ਦਾ ਬਲੀ ਏ ਜਿਹਦਾ ਨਾਂ ਹਜ਼ਰਤ ਬਾਯਜ਼ੀਦ ਬੁਸਤਾਮੀ ਰਹਿਮਤੁੱਲਾ ਲੈਵੇ 7 ਸਾਲ ਦੀ ਉਮਰ ਹੈਦਰ ਮੇਰੇ ਵੱਲ ਤਵੱਜੋ ਕਰ ਜਾਇਆ ਰੇ ਤੇਰੀ ਅੱਖ ਦਾ ਅਥਰੂ ਆ ਗਿਆ ਤੇਰੀ ਮਾਂ ਨੂੰ ਕਬਰ ਵਿੱਚ ਸਵਾਬ ਮਿਲ ਜਾਏਗਾ ਤੇਰੇ ਬਾਪ ਨੂੰ ਕਬਰ ਵਿੱਚ ਸਵਾਬ ਮਿਲ ਜਾਏਗਾ ਹਜ਼ਰਤ ਬਾਯਜ਼ੀਦ ਬੁਸਤਾਮੀ ਰਹਿਮਤੁੱਲਾ ਲੈ ਬਾਬਾ ਜੀ 7 ਸਾਲ ਦੀ ਉਮਰ ਇਹਨਾਂ ਕੁਰਾਨ ਚੁੱਕਿਆ ਤੇ ਮਾਂ ਦੇ ਕੋਲ ਆ ਗਏ ਨੇ ਮਾਂ ਨੇ ਫਰਮਾਇਆ ਪੁੱਤਰਾ ਬਾਯਜ਼ੀਦ ਖੈਰ ਅੱਜ ਸਾਰੇ ਬੈਠੇ ਹੋ ਮੇਰੇ ਵੱਲ ਤੱਕਿਆ ਰੇ ਜੁਮਲੇ ਸੀਨੇ ਤੇ ਲਿਖ ਕੇ ਲੈ ਜਾਇਆ ਰੇ ਬਾਬਾ ਜੀ ਮਾਵਾਂ ਨੂੰ ਪਤਾ ਆਉਂਦਾ ਏ ਅੱਜ ਮੇਰਾ ਪੁੱਤਰ ਪਰੇਸ਼ਾਨ ਏ ਅੱਜ ਮੇਰਾ ਪੁੱਤਰ ਟੈਨਸ਼ਨ ਅੰਦਰ ਏ ਅੱਜ ਮੇਰੇ ਪੁੱਤਰ ਨੇ ਕੋਈ ਚੀਜ਼ ਨਹੀਂ ਖਾਧੀ ਹੋਏ ਮਾਂ ਆਉਂਦੀ ਏ ਦੱਸ ਕਿਹੜੀ ਚੀਜ਼ ਪਕਾਵਾਂ ਹੋਏ ਮੇਰਿਆ ਪੁੱਤਰਾ ਜੇ ਚਾਵਲ ਨਹੀਂ ਖਾਣੇ
ਤੇ ਰੋਟੀ ਬਣਾ ਲੈਣੀ ਆ, ਜੇ ਰੋਟੀ ਤੇ ਦਿਲ ਨਹੀਂ ਕਰਦਾ ਚਾਵਲ ਬਣਾ ਲੈਣੀ ਆ। ਹੋਏ ਕਸੂਰ ਵਾਲਿਆ ਇਹ ਮਾਵਾਂ ਹੀ ਲਾਡ ਲਡਾਉਂਦੀਆਂ ਨੇ, ਹੋਏ ਮਾਵਾਂ ਹੀ ਪਿਆਰ ਕਰਦੀਆਂ ਨੇ, ਐਸੇ ਵਾਸਤਿਆਂ ਨਾ ਭਾਬੀਆਂ ਕਦੇ ਨਹੀਂ ਮਾਵਾਂ ਬਣੀਆਂ, ਮਾਵਾਂ ਮਾਵਾਂ ਹੁੰਦੀਆਂ ਨੇ, ਭਾਬੀਆਂ ਕਦੇ ਨਹੀਂ ਮਾਵਾਂ ਬਣੀਆਂ, ਮਾਵਾਂ ਮਾਵਾਂ ਹੁੰਦੀਆਂ। ਇੱਧਰ ਵੇਖਿਓ ਯਾਰ, ਭਾਬੀਆਂ ਕਦੇ ਨਹੀਂ ਜੇ ਮਾਵਾਂ ਬਣੀਆਂ, ਮਾਵਾਂ ਮਾਵਾਂ ਹੁੰਦੀਆਂ ਨੇ, ਭਾਬੀਆਂ ਕਦੇ ਨਹੀਂ ਜੇ ਮਾਵਾਂ ਬਣੀਆਂ। ਬਾਬਾ ਜੀ ਮੈਂ ਬਚਪਨ ਰੁਲਦੇ ਵੇਖੇ ਨੇ, ਦਸ ਦਿਨ ਕਿਸੇ ਦੇ ਵੇੜੇ, ਦਸ ਦਿਨ ਕਿਸੇ ਦੇ ਵੇੜੇ, ਅੱਜ ਕੱਪੜੇ ਕੋਈ ਨਹੀਂ ਧੋ ਕੇ ਦਿੰਦਾ, ਅੱਜ ਸੁਰਮੇ ਪਾਉਣ ਵਾਲਾ ਕੋਈ ਨਹੀਂ, ਅੱਜ ਸੀਨੇ ਲਾ ਕੇ ਚੁੱਪ ਕਰਾਉਣ ਵਾਲਾ ਕੋਈ ਨਹੀਂ। ਹਜ਼ਰਤ ਬਾਯਜ਼ੀਦ ਬੁਸਤਾਮੀ ਬਾਬਾ ਜੀ ਮੇਰੇ ਵੱਲ ਵੇਖਿਆ ਰਹੇ, ਅਮੀਨੀ ਮਹਾਂ ਦੇ ਸਾਹਮਣੇ ਹੱਥ ਬੰਨ ਲਏ ਨੇ, ਹਰਜ ਕੀਤੀ ਅਮੀ ਜੀ ਮੈਂ ਪਰੇਸ਼ਾਨ ਹਾਂ, ਸੱਜਣਾ ਅੱਜ ਵੀ ਪੁੱਤਰ ਪਰੇਸ਼ਾਨ ਹੋਵੇ, ਸ਼ਮਾਨ ਵੇਖੀ ਜੁਮਲੇ ਸੁਣੀ, ਅੱਜ ਵੀ ਪੁੱਤਰ ਪਰੇਸ਼ਾਨ ਹੋਵੇ, ਹੋਏ ਮਾਵਾਂ ਇੱਥੇ ਮੁਸੱਲੇ ਪਾ ਲੈਂਦੀਆਂ ਨੇ, ਪੁੱਤਰ ਸਾਊਦੀਆ ਰੋਂਦਾ ਏ, ਹੋਏ ਮਾਵਾਂ ਪਾਕਿਸਤਾਨ ਮੁਸੱਲੇ ਪਾ ਲੈਂਦੀਆਂ ਨੇ, ਹੋਏ ਪੁੱਤਰ ਦੁਬਈ ਪਰੇਸ਼ਾਨ ਹੁੰਦਾ ਏ, ਸ਼ਬਾਨ ਮਾਵਾਂ ਇੱਥੇ ਕਸੂਰ ਮੁਸੱਲੇ ਪਾ ਲੈਂਦੀਆਂ ਨੇ, ਆਂਦੀਆਂ ਨੇ ਮੌਲਵੀ ਜੀ ਦੁਆ ਕਰਿਆ ਰੇ, ਮੇਰਾ ਪੁੱਤਰ ਪਰੇਸ਼ਾਨ ਹੋ ਗਿਆ ਰੇ, ਮੌਲਵੀ ਜੀ ਦੁਆ ਕਰਿਆ ਰੇ, ਮੇਰਾ ਪੁੱਤਰ ਪਰੋਨੇ ਮੁਲਕ ਫਸ ਗਿਆ ਏ, ਮੇਰਾ ਪਰਦੇਸੀ ਫਸ ਗਿਆ ਏ, ਸ਼ਬਾਨ ਅੱਲਾ ਦੀ ਕਸਮੇ ਸਾਰੀ ਰਾਤ ਮਾਵਾਂ ਨਹੀਂ ਜੇ ਸੌਂਦੀਆਂ, ਸਾਰੀ ਰਾਤ ਮਾਵਾਂ ਅੱਖਾਂ ਨਹੀਂ ਲਾਂਦੀਆਂ, ਕਦੀ ਦਰੂਦੇ ਤਰਜੇ ਨਾ ਪੜਦੀਆਂ ਨੇ, ਕਦੀ ਯਾਸੀਨ ਪੜਦੀਆਂ ਨੇ, ਆਪਣੇ ਪੁੱਤਰਾਂ ਦੀਆਂ ਖੈਰਾਂ ਮੰਗਦੀਆਂ ਨੇ, ਆਪਣੀ ਔਲਾਦ ਦੀਆਂ ਖੈਰਾਂ ਮੰਗਦੀਆਂ ਨੇ, ਹਜ਼ਰਾ ਜੁਮਲੇ ਸੁਣਿਆ ਨੇ, ਹੋਏ ਮਾਵਾਂ ਤੇ ਮਾਵਾਂ ਆਉਂਦੀਆਂ ਨੇ, ਹੋਏ ਮਾਵਾਂ ਤੇ ਛਾਵਾਂ ਆਉਂਦੀਆਂ ਨੇ, ਹੋਏ ਮਾਵਾਂ ਤੇ ਬਹਾਰ ਆਉਂਦੀਆਂ ਨੇ, ਅੱਜ ਮਲਕ ਬਰਾਦਰਾਂ ਜੁਮਲੇ ਸੁਣਿਆ ਨੇ, ਹਜ਼ਰਤ ਬਾਯਜ਼ੀਦ ਬੁਸਤਾਮੀ ਨੇ ਹੱਥ ਜੋੜੇ ਨੇ, ਹਰਜ ਕੀਤੀ ਅੰਮੀ ਜੀ ਅੱਲਾ ਨੇ ਦੋ ਹੁਕਮ ਫਰਮਾਏ ਨੇ, ਅੱਲਾ ਫਰਮਾਉਂਦਾ ਮੇਰੀ ਇਬਾਦਤ ਵੀ ਕਰਿਆ ਰੇ, ਅੱਲਾ ਫਰਮਾਉਂਦਾ ਵਾਲਦੈਨ ਨਾਲ ਇਹਸਾਨ ਵੀ ਕਰਿਆ ਰੇ, ਅੰਮੀ ਜੀ ਉਮਰ ਛੋਟੀ ਏ ਕੰਮ ਵੱਡੇ ਨੇ, ਹੈ ਰੋਣ ਵਾਲਿਆ ਜੁਮਲੇ ਸੁਣਿਆ ਰੇ, ਮਾਂ ਨੇ ਬਾਯਜ਼ੀਦ ਨੂੰ ਸੀਨੇ ਲਾ ਲਿਆ, ਸੀਨੇ ਲਾ ਕੇ ਫਰਮਾਇਆ ਪੁੱਤਰਾ ਮੈਂ ਆਪਣਾ ਹੱਕ ਛੱਡਣੀ ਆ, ਜਾ ਜੇ ਮਾਂ ਨੂੰ ਛੱਡ ਕੇ ਰੱਬ ਲੱਭਦਾ ਏ ਤੇ ਰੱਬ ਲੱਭ ਲੈ ਮੈਂ ਰਾਜ਼ੀ ਦੀਆਂ, ਬਾਬਾ ਜੀ ਅੱਲਾ ਦੀ ਕਸਮ ਉਠਾ ਕੇ ਆਨਾ ਵਾ, ਹੋਏ ਮਾਮਾ ਛੱਡ ਕੇ ਕਦੀ ਰੱਬ ਲੱਭਾ ਕੋਈ ਨਹੀਂ, ਮੈਨੂੰ ਬੰਦਾ ਗੱਲ ਸੁਣਾਉਣ ਲੱਗਾ ਤੇ ਮੇਰੇ ਲੂੰ ਕੰਡੇ ਖੜੇ ਹੋ ਗਏ, ਗੱਲ ਸੁਣ ਕੇ ਤੁਸੀਂ ਵੀ ਸੁਣਿਓ, ਮੈਨੂੰ ਮਲਕ ਸਾਹਿਬ ਕਹਿਣ ਲੱਗਾ ਕਿ ਜਿਹੜੇ ਸਾਡੇ ਮਸਜਿਦ ਨੇ ਸਾਡੀ ਮਸਜਿਦ ਇਮਾਮ ਇਹ ਮਾਂ ਦੇ ਨਾਂ ਫਰਮਾਨ ਨੇ,
ਸੁਣਿਓ ਗੱਲ ਗੱਲ ਸੁਣਿਓ ਇਹ ਕੀ ਨੇ ਮਾਂ ਦੇ ਤੇ ਜਿਹੜਾ ਮਾਂ ਪਿਓ ਦਾ ਨਾ ਫਰਮਾਨ ਹੋਵੇ ਉਹਦੇ ਪਿੱਛੇ ਨਮਾਜ਼ ਵੀ ਨਹੀਂ ਜੇ ਉਲਾਮਾ ਬੈਠੇ ਨੇ ਪੁੱਛੋ ਜਿਹੜਾ ਮਾਂ ਪਿਓ ਦਾ ਨਾ ਫਰਮਾਨ ਹੈ ਉਹਦੀ ਆਪਣੀ ਕੋਈ ਨਹੀਂ ਤੇ ਪਿਛਲਿਆਂ ਦੀ ਕਿੱਥੋਂ ਹੋਣੀ ਹੈ ਪੁੱਛੀ ਬੋਲੋ ਯਾਰ ਉਹਦੀ ਆਪਣੀ ਕੋਈ ਨਹੀਂ ਜਿਹਨੇ ਮਾਂ ਨੂੰ ਸਤਾਇਆ ਜਿਹਨੇ ਪਿਓ ਨੂੰ ਸਤਾਇਆ ਮੈਂ ਮਲਕ ਸਾਹਿਬ ਨੂੰ ਕਿਹਾ ਮੈਂ ਕਿਹਾ ਖੈਰ ਕੀ ਗੱਲ ਕਹਿੰਦਾ ਕਾਰੀ ਸਾਹਿਬ ਕਈਆਂ ਇਲਾਕਿਆਂ 'ਚ ਨਾ ਅੱਜ ਵੀ ਜੁੰਮੇ ਰਾਤ ਦੀ ਰੋਟੀ ਦਿੱਤੀ ਜਾਂਦੀ ਹੈ ਨਾ ਮੌਲਵੀ ਸਾਹਿਬ ਦੇ ਘਰ ਉਹ ਕਹਿੰਦੇ ਨੇ ਅਸੀਂ ਜੁੰਮੇ ਰਾਤ ਦੀ ਰੋਟੀ ਦੇਣੇ ਆ ਤੇ ਮੌਲਵੀ ਸਾਹਿਬ ਇੰਨੀਆਂ ਕੁ ਰੋਟੀਆਂ ਇਕੱਠੀਆਂ ਕਰ ਲੈਂਦੇ ਨੇ ਤੇ ਮਾਂ ਇੱਕ ਰੋਟੀ ਵਾਸਤੇ ਤਰਸਦੀ ਹੈ ਤੇ ਮੌਲਵੀ ਸਾਹਿਬ ਬੁੱਢੀ ਦੀ ਆਖੇ ਲੱਗ ਕੇ ਕਦੀ ਮਾਂ ਨੂੰ ਰੋਟੀ ਨਹੀਂ ਪੁੱਛੀ ਕਦੀ ਮਾਂ ਨੂੰ ਰੋਟੀ ਨਹੀਂ ਪੁੱਛੀ ਕਦੀ ਇੱਕ ਲੁਕਮਾ ਨਹੀਂ ਮਾਂ ਨੂੰ ਦਿੱਤਾ ਇੱਧਰ ਮੇਰੇ ਵੱਲ ਤਵੱਜੋ ਕਰਿਆ ਜੇ ਤੇ ਮਾਂ ਬਾਬਾ ਜੀ ਫੇਰ ਵੀ ਨਾ ਡਰਦੀ ਹੈ ਤੇ ਕਿਸੇ ਨੂੰ ਦੱਸਦੀ ਨਹੀਂ ਵੀ ਮੇਰੇ ਪੁੱਤਰ ਦੀ ਇੱਜ਼ਤ ਵਿੱਚ ਫਰਕ ਨਾ ਪੈ ਜਾਏ ਹਾਏ ਹਾਏ ਮੇਰੇ ਪੁੱਤਰ ਦੀ ਇੱਜ਼ਤ ਵਿੱਚ ਐ ਵੇਖੋ ਐ ਭਾਈ ਬੈਠੇ ਆ ਸਾਰੇ ਆ ਭਾਈ ਆ ਬਜ਼ੁਰਗ ਨੇ ਤੁਹਾਡੇ ਉਦੋਂ ਦੇ ਰੋਂਦੇ ਪਏ ਨੇ ਪਤਾ ਜੇ ਕੌਣ ਰੋਂਦਾ ਹੈ ਹਿਜਰ ਤੇ ਰਾਜੇ ਪਾਣੀ ਮੰਗੇ ਤੇ ਖੂਹ ਨੈਣਾਂ ਦੇ ਗੇੜਾ ਯਾਰ ਬਾਹਰਾਂ ਨਹੀਂ ਰੋਂਦਾ ਕੋਈ ਕਿਸੇ ਵਾਸਤੇ ਆਇਆ ਕੋਈ ਕਿਸੇ ਵਾਸਤੇ ਆਇਆ ਪਰ ਜਿਹੜਾ ਅੰਦਰੋਂ ਆਇਆ ਨਾ ਉਹਦੇ ਦਿਲ ਤੇ ਸੱਟ ਪੈ ਜਾਂਦੀ ਉਹ ਕੁਝ ਲੈ ਕੇ ਨਹੀਂ ਜਾਂਦਾ ਮੌਲਵੀ ਸਾਹਿਬ ਮਾਂ ਦੇ ਨਾਂ ਫਰਮਾਨ ਮਾਂ ਨੂੰ ਕਦੀ ਰੋਟੀ ਨਹੀਂ ਪੁੱਛੀ ਮੈਨੂੰ ਇਮਾਨਦਾਰੀ ਨਾਲ ਦੱਸੋ ਬਾਬਾ ਜੀ ਉਸ ਮਾਂ ਦੇ ਮੂੰਹ ਵਿੱਚੋਂ ਦੁਆ ਨਿਕਲਦੀ ਹੋਣੀ ਕਿ ਦੁਆ ਨਿਕਲਦੀ ਹੋਣੀ ਫਿਰ ਵੀ ਮਾਂ ਨੇ ਕਦੀ ਨਹੀਂ ਆਖਿਆ ਕਿਸੇ ਲੋਕ ਨੂੰ ਨਹੀਂ ਆਖਿਆ ਮੇਰਾ ਪੁੱਤਰ ਮੇਰਾ ਨਾਂ ਫਰਮਾਨ ਗੱਲ ਲੱਭ ਹੀ ਜਾਂਦੀ ਹੈ ਨਾ ਮਹੱਲੇ ਵਿੱਚ ਕੋਈ ਰੋਲਾ ਹੋਵੇ ਸਗੀਰ ਸਾਹਿਬ ਮਲਕ ਸੁਬਾਨ ਸਾਹਿਬ ਗੱਲ ਆ ਜਾਂਦੀ ਹੈ ਜੇ ਤੁਸੀਂ ਮਾਂ ਨੂੰ ਸਾਂਭਿਆਉਣਾ ਤਾਂ ਲੋਕ ਆਖਣਗੇ ਵੀ ਮਲਕ ਸੁਬਾਨ ਨੇ ਸਾਂਭਿਆ ਮਾਂ ਨੂੰ ਉਹਨਾਂ ਦੇ ਭਰਾਵਾਂ ਨੇ ਮਾਂ ਨੂੰ ਸਾਂਭਿਆ ਤੇ ਜਿਹਨਾਂ ਨਾਂ ਵੀ ਸਾਂਭਿਆ ਹੋਵੇ ਉਹ ਵੀ ਨਜ਼ਰ ਆ ਜਾਂਦੇ ਨੇ ਬੋਲੋ ਆ ਜਾਂਦੇ ਨੇ ਕਿ ਨਹੀਂ ਆਉਂਦੇ ਇੱਧਰ ਵੇਖੋ ਬਾਬਾ ਜੀ ਹਜ਼ਰਤ ਬਾਈ ਯਜ਼ੀਦ ਬੁਸਤਾਮੀ ਕੌਣ ਹਜ਼ਰਤ ਬਾਈ ਯਜ਼ੀਦ ਬੋਲਿਓ ਜ਼ਰਾ ਹਜ਼ਰਤ ਬਾਈ ਯਜ਼ੀਦ ਬੁਸਤਾਮੀ ਰਹਿਮਤੁਲਾਹ ਅਲੈਹ 8 ਸਾਲ 7 ਸਾਲ ਦੀ ਉਮਰ ਮਾਂ ਨੇ ਆਖਿਆ ਮੈਂ ਆਪਣੇ ਹਕੂਕ ਛੱਡਣੀ ਆ ਜਾ ਰੱਬ ਲੱਭ ਲੈ ਇੱਧਰ ਮੇਰੇ ਵੱਲ ਤੱਕ ਜਾ ਰੱਬ ਲੱਭ ਲੈ ਬਾਬਾ ਜੀ ਨੇ ਇੰਨੀ ਗੱਲ ਕੀਤੀ ਨਾ ਤੇ ਹਜ਼ਰਤ ਬਾਈ ਯਜ਼ੀਦ ਬੁਸਤਾਮੀ ਰਹਿਮਤੁਲਾਹ ਅਲੈਹ ਗੱਲ ਬੜੀ ਸੁਣਨ ਵਾਲੀ ਜੀ ਕੁਰਾਨ ਪਾਕ ਲਿਆ ਮੁਸੱਲਾ ਚੁੱਕਿਆ ਬਾਬਾ ਜੀ ਜੰਗਲ ਚ ਟੁਰ ਗਏ ਜਿਹੜੇ ਆਂਦੇ ਨੇ ਨਾ ਮੇਰਾ ਕਾਰੋਬਾਰ ਬੜਾ ਹੈ ਮੈਂ ਹੁਣ ਪਿਓ ਨੂੰ ਕੀ ਸਮਝਣਾ ਮੈਂ ਹੁਣ ਮਾਂ ਨੂੰ ਕੀ ਸਮਝਣਾ ਮੈਂ ਕਿਹਾ ਚੱਲਿਆ ਨਹੀਂ ਕਾਰੋਬਾਰ ਲੱਖ ਵੀ ਹੋਵੇ ਨਾ ਮਾਂ ਪਿਓ ਨਹੀਂ ਛੱਡੀਦਾ ਕਿ ਛੱਡ ਦੇਈਦਾ ਉਹ ਬੁੱਢੀ ਆਖਿਆ ਤੇ ਛੱਡ ਦੇਈਦਾ ਮਾਂ ਨੂੰ ਛੱਡ ਦੇਈਦਾ ਜਿਹੜਾ ਆਂਦੇ ਨੇ ਨਹੀਂ ਛੱਡਣਾ ਚਾਹੀਦਾ ਹੱਥ ਖੜਾ ਕਰੋ ਪਤਾ ਤੇ ਲੱਗੇ ਨਾ ਹੁਣ ਜਿਹੜਾ ਛੱਡੇਗਾ ਉਹਨੂੰ ਪੁੱਛਣਾ ਵੀ ਜੇ ਤੂੰ ਮਹਿਫਲ ਚ ਕੀ ਆਖਿਆ ਸੀ ਬੀਵੀ ਤੈਨੂੰ ਲੱਖ ਵਾਰੀ ਵੀ ਆਖਿਆ ਤੇਰਾ ਮਾਂ ਪਿਓ ਨਹੀਂ ਚੰਗਾ ਤੂੰ ਬੀਵੀ ਦੀ ਨਹੀਂ ਮੰਨਣੀ ਤੂੰ ਇਹ ਵੇਖਣਾ ਕਿ ਮੇਰੀ ਮਾਂ ਨੇ ਮੈਨੂੰ ਗੋਦ ਵਿੱਚ ਕਿੰਨੀ ਦੇਰ ਖਿਡਾਇਆ ਮੇਰਾ ਬਾਪ ਕਿਵੇਂ ਮੁੰਡਿਆਂ ਤੇ ਚੁੱਕਦਾ ਰਿਹਾ ਕਿਵੇਂ ਮੇਰੇ ਨਾਲ ਪਿਆਰ ਕਰਦਾ ਰਿਹਾ ਹਜ਼ਰਤ ਬਾਈ ਯਜ਼ੀਦ ਬੁਸਤਾਮੀ ਬਾਬਾ ਜੀ ਜੁਮਲੇ ਸੁਣੋ ਮੁਸੱਲਾ ਲਿਆ ਤੇ ਜੰਗਲ ਚ 10 ਸਾਲ ਇੱਕ ਸਾਲ ਨਹੀਂ ਬਾਬੇ ਉਹ 10 ਸਾਲ ਅੱਲਾ ਅੱਲਾ 10 ਸਾਲ ਅੱਲਾ ਅੱਲਾ ਕੀਤਾ ਅੱਲਾ ਦੀ ਇਬਾਦਤ ਕੀਤੀ 10 ਸਾਲਾਂ ਤੋਂ ਬਾਅਦ ਜਦੋਂ ਦਿਲ ਵੱਲ ਨਜ਼ਰ ਮਾਰੀ ਤੇ ਦਿਲ ਖਾਲੀ ਦਾ ਹਾਲੀ ਇੱਥੇ ਮੇਰਾ ਦਿਲ ਕਰਦਾ ਕਿ ਮੈਂ ਤਵੱਜੋ ਕਰਿਓ 10 ਸਾਲ ਤੋਂ ਬਾਅਦ ਜਦ ਦਿਲ ਵੱਲ ਨਜ਼ਰ ਮਾਰੀ ਨਾ
ਤੇ ਹੁਣ ਦਿਲ ਦੀ ਦੁਨੀਆ ਬਦਲਣ ਲੱਗੀ ਜੀ, ਜੁਮਲੇ ਬੜੇ ਵੱਡੇ ਦੇਣ ਲੱਗਾ। ਇੱਥੇ ਮੇਰਾ ਪੀਰ ਸੁਲਤਾਨ ਬਾਹੂ ਬੋਲਿਆ, ਜ਼ੋਕ ਰੱਖਦੇ ਹੋ ਕੋਈ ਨਹੀਂ, ਸੁਲਤਾਨ ਬਾਹੂ ਦਾ ਸ਼ੇਰ ਸੁਣਨਾ ਜੇ, ਹੱਥ ਬੁਲੰਦ ਕਰਕੇ ਬੋਲਿਆ ਜੇ ਸੁਭਾਨ ਅੱਲਾਹ, ਜਿਹਨਾਂ ਨਹੀਂ ਚੁੱਕਿਆ ਉਹਦੇ ਅੱਗੇ ਵੀ ਮਿਹਰਬਾਨੀ, ਇੱਕ ਵਾਰੀ ਫੇਰ ਬੁਲੰਦ ਕਰਕੇ ਬੋਲਿਆ ਜੇ ਸੁਭਾਨ ਅੱਲਾਹ। ਤੇ ਬਾਬਾ ਜੀ ਇੱਥੇ ਸ਼ੋਰ ਦਾ ਤਾਜਦਾਰ ਸੁਲਤਾਨ ਉਲ ਆਰਫੀਨ ਹਜ਼ਰਤ ਸਫੀ ਸੁਲਤਾਨ ਬਾਹੂ ਰਹਿਮਤੁਲਾਹ ਅਲੈਹ ਨੇ ਕਲਮ ਉਠਾਈਏ, ਆ ਫਰਮਾਉਂਦੇ ਨੇ ਦਿਲ ਦਰਿਆ ਹਰ ਬੰਦੇ ਨੂੰ ਨਹੀਂ ਆ ਸਕਦਾ। ਹਜ਼ਰਤ ਸਖੀ ਸੁਲਤਾਨ ਬਾਹੂ ਫਰਮਾਉਂਦੇ ਨੇ ਦਿਲ ਦਰਿਆ ਸਮਦ ਸਾਲਾਂ ਤੋਂ ਬਾਅਦ ਹਜ਼ਰਤ ਭਾਈ ਅਜ਼ੀਜ਼ ਨੇ ਦਿਲ ਵਾਲੇ ਨਜ਼ਰ ਮਾਰੀ ਏ, ਬਾਬਾ ਜੀ ਦਿਲ ਖਾਲੀ ਦਾ ਖਾਲੀ ਏ, ਹੱਥ ਵੇਖਿਆ ਪਿੱਛੋਂ ਆਵਾਜ਼ ਆਈ ਏ, ਹੈ ਭਾਈ ਅਜ਼ੀਜ਼ ਅਗਰ ਰੱਬ ਲੱਭਣਾ ਏ, ਰੱਬ ਜੰਗਲਾਂ 'ਚ ਨਹੀਂ ਲੱਭਣਾ, ਰੱਬ ਮਾਂ ਦੀਆਂ ਦੁਆਵਾਂ ਵਿੱਚ ਲੱਭਣਾ, ਹੈ ਮਾਂ ਦੀ ਦੁਆ ਹੋ ਗਈ ਤੇ ਰੱਬ ਲੱਭ ਜਾਏਗਾ, ਹੈ ਮਾਂ ਦੀ ਦੁਆ ਨਾਲ ਰੱਬ ਮਿਲਣਾ ਏ। ਹਜ਼ਰਾ ਜੁਮਲੇ ਸੁਣਿਆ ਰੇ, ਜਨਾਬੇ ਬਾਈ ਅਜ਼ੀਜ਼ ਨੇ ਮੁਸੱਲਾ ਉਠਾ ਲਿਆ ਵੇ, ਆਪਣੀ ਮਾਂ ਦੇ ਵਿਹੜੇ ਆ ਗਏ ਨੇ, ਆ ਕੇ ਦਰਵਾਜ਼ਾ ਖੜਕਾਇਆ ਏ, ਅੰਦਰੋਂ ਆਵਾਜ਼ ਆਈ ਕੌਣ, ਹਰਜ਼ ਕੀਤੀ ਅੰਮਾ ਤੇਰਾ ਪੁੱਤਰ ਬਾਈ ਅਜ਼ੀਜ਼ ਆਇਆ ਏ, ਅੰਮਾ ਤੇਰਾ ਲਾਡਲਾ ਬਾਈ ਅਜ਼ੀਜ਼ ਆਇਆ ਏ, ਹੋਏ ਮਾਵਾਂ ਨੂੰ ਸਤਾਉਣ ਵਾਲਿਓ, ਹੋਏ ਮਾਵਾਂ ਨੂੰ ਗਾਲੀਆਂ ਦੇਣ ਵਾਲਿਓ, ਹੋਏ ਮਾਵਾਂ ਨੂੰ ਦੁਖੀ ਕਰਨ
ਬਣਾ ਲਿਓ ਹਜ ਸੁਲਤਾਨੀ ਦੇ ਜੁਮਲੇ ਲਿਖ ਲੈ ਜਾਇਆ ਨੇ ਹਜ਼ਰਤ ਬਾਯਜ਼ੀਦ ਮਾਂ ਦੇ ਸੀਨੇ ਲੱਗ ਗਏ ਨੇ ਬਾਬਾ ਜੀ ਮਾਂ ਬਾਯਜ਼ੀਦ ਨੂੰ ਜੱਫੇ ਮਾਰ ਕੇ ਪਿਆਰ ਵੀ ਕਰਦੀ ਹੈ ਆਂਦੀ ਐਵੇਂ ਮੇਰਿਆ ਪੁੱਤਰਾ ਜੀ ਅੰਮੀ ਜੀ ਹੁਕਮ ਆਵੇ ਫਰਮਾਇਆ ਰੱਬ ਲੱਭਿਆ ਕਿ ਕੋਈ ਨਹੀਂ ਰੱਬ ਮਿਲਿਆ ਕਿ ਕੋਈ ਨਹੀਂ ਆਓ ਮਲਕ ਸ਼ਬਾਨ ਦੇ ਵੇੜੇ ਬਹਿਣ ਵਾਲਿਓ ਹਜ਼ਰਤ ਬਾਯਜ਼ੀਦ ਬੁਸਤਾਮੀ ਨੇ ਮਾਂ ਦੇ ਪੈਰ ਫੜ ਲਏ ਹਰਜ ਕੀਤੀ ਅੰਮਾ 10 ਸਾਲ ਰੱਬ ਰੱਬ ਕਰਦਾ ਰਿਹਾ ਅੱਜ ਮੈਨੂੰ ਰੱਬ ਮਿਲਿਆ ਕੋਈ ਨਹੀਂ ਅੱਜ ਮੇਰੇ ਦਿਲ ਵਿੱਚ ਸਕੂਨ ਨਹੀਂ ਆਇਆ ਅੱਜ ਮੇਰੇ ਦਿਲ ਵਿੱਚ ਚੈਨ ਨਹੀਂ ਆਇਆ ਬਾਬਾ ਜੀ ਅੱਧੀ ਰਾਤ ਦਾ ਵੇਲਾ ਇੱਧਰ ਵੇਖਿਆ ਜੇ ਅੱਧੀ ਰਾਤ ਦਾ ਵੇਲਾ ਹਜ਼ਰਤ ਦੇ ਬਾਯਜ਼ੀਦ ਫਰਮਾਉਂਦੇ ਨੇ ਮਾਂ ਦੀ ਅੱਖ ਲੱਗ ਗਈ ਏ ਮੈਂ ਮਾਂ ਦੀ ਚਾਰ ਪਾਈ ਦੇ ਨੇੜੇ ਮੇਰੀ ਅੱਖ ਲੱਗੀ ਹੋਈ ਏ ਅਚਾਨਕ ਮਾਂ ਨੇ ਆਵਾਜ਼ ਮਾਰੀ ਇੱਧਰ ਵੇਖਿਆ ਜੇ ਹੈ ਮਾਂ ਆਂਦੀ ਏ ਬਾਯਜ਼ੀਦ ਪੁੱਤਰਾ ਹੈ ਜ਼ਰਾ ਪਾਣੀ ਤੇ ਲੈ ਕੇ ਆਇਆ ਰੇ ਹਜ਼ਰਾ ਜੁਮਲੇ ਸੁਣਿਆ ਰੇ ਬਾਯਜ਼ੀਦ ਫਰਮਾਉਂਦੇ ਨੇ ਮੈਂ ਉੱਠਿਆ ਮੈਂ ਕੜੇ 'ਚ ਵੇਖਿਆ ਪਾਣੀ ਕੋਈ ਨਹੀਂ ਅੱਜ ਮਾਵਾਂ ਮੰਗਦੀਆਂ ਰਹਿਣ ਅੱਜ ਪੁੱਤਰ ਜਾਂਦੇ ਕੋਈ ਨਹੀਂ ਅੱਜ ਬੀਵੀ ਦੇ ਕਮਰੇ 'ਚੋਂ ਨਿਕਲਦਾ ਕੋਈ ਨਹੀਂ ਅੱਜ ਵੀਰਾਂ ਦੇ ਕੋਲੋਂ ਜਾਂਦਾ ਕੋਈ ਨਹੀਂ ਹੱਲਾ ਦੀ ਕਸਮੇ ਵੀਡੀਓ ਬਣ ਰਹੀ ਸਾਰੀ ਦੁਨੀਆ ਦੇ ਸਾਹਮਣੇ ਸ਼ਬਾਨ ਪੇਗਾ ਮੈਂ ਅੱਜ ਮਾਂ ਜਿੰਦਾ ਤੇ ਸੀਨੇ ਲਾ ਲਈ ਐਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ ਹੈ ਜਿੰਨੇ ਮਾਂ ਨੂੰ ਸਤਾਇਆ ਸੱਚਾ ਹੱਥ ਬੁਲੰਦ ਕਰਕੇ ਇੱਕ ਵਾਰੀ ਗਵਾਈ ਦੇਣੀ ਆ ਜਿੰਨੇ ਮਾਂ ਨੂੰ ਸਤਾਇਆ ਦਿਲ ਪਿਓ ਦਾ ਦੁਖਾਇਆ ਕਿਆ ਬਾਤ ਹੈ ਜਿੰਨੇ ਮਾਂ ਨੂੰ ਸਤਾਇਆ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੁਲਾਇਆ ਫਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਇੱਧਰ ਵੇਖਿਆ ਜੇ ਫਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਫਰਮਾਨ ਬਣ ਵਖਾ ਜਿੰਨੇ ਮਾਂ ਨੂੰ ਸਤਾਇਆ ਤਵੱਜੋ ਕਰੋ ਕੈਮਰੇਮੈਨ ਸਾਰੇ ਬਹਿ ਜਾਓ ਯਾਰ ਮਿਹਰਬਾਨੀ ਸਾਰੇ ਬਹਿ ਜਾਓ ਤੂੰ ਵੀ ਬਹਿ ਜਾ ਫਿਰ ਬਾਅਦ ਚ ਉੱਠ ਜਾਇਓ ਜ਼ਰਾ ਮੈਂ ਮਿਸਰਾ ਇਹਨਾਂ ਨੂੰ ਦੇਣਾ ਤੇ ਅੰਦਰੋਂ ਦੇਣਾ ਕਿ ਇਹਨਾਂ ਦੇ ਦਿਲ ਚ ਉਤਰੇਗਾ ਪਤਾ ਲੱਗੇ ਅਲਲ ਇਲਾਨ ਮਲਕ ਸ਼ਬਾਨ ਦੇ ਵੇੜੇ ਵਹਿ ਕੇ ਸਿਆਲਕੋਟ ਮੌਲਵੀ ਆ ਗਿਆ ਕੀ ਪੜ ਕੇ ਗਿਆ ਕੀ ਦੇ ਕੇ ਗਿਆ ਗਿਆ ਤੁਹਾਨੂੰ ਕੋਈ ਪੁੱਛੇ ਸੁਲਤਾਨੀ ਸਾਹਿਬ ਆ ਕੇ ਕੀ ਆਖ ਗਏ ਨੇ ਤੇ ਤੁਸਾਂ ਕਲੀਆਂ ਵਿੱਚ ਵੀ ਆਖਣਾ ਤੁਸਾਂ ਚੌਂਕਾਂ ਵਿੱਚ ਵੀ ਆਖਣਾ ਤੁਸਾਂ ਦੁਕਾਨ ਤੇ ਬਹਿ ਕੇ ਵੀ ਆਖਣਾ ਮਲਕ ਸ਼ਬਾਨ ਨੇ ਮੌਲਵੀ ਬੁਲਾਇਆ ਸੀ ਮੌਲਵੀ ਸੁਲਤਾਨੀ ਜਾਂਦੀ ਵਾਰੀ ਇਹ ਪੈਗਾਮ ਦੇ ਗਿਆ ਏ ਜਿੰਨੇ ਮਾਂ ਨੂੰ ਸਤਾਇਆ ਨਹੀਂ ਯਾਰ ਜ਼ਰਾ ਮੁਹੱਬਤ ਨਾਲ ਬੋਲੋ ਇੱਕ ਵਾਰੀ ਹੱਥ ਬੁਲੰਦ ਕਰਕੇ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਫੇਰ ਗੱਜ ਕੇ ਬੋਲੋ ਜ਼ਰਾ ਸੁਭਾਨ ਅੱਲਾਹ ਜਿੰਨੇ ਮਾਂ ਨੂੰ ਸਦਾਇਆ ਆ ਦਿਲ ਹਾਜ਼ਰ ਕਰੀ ਜ਼ਰਾ ਮੇਰੇ ਵਾਲੇ ਜਿੰਨੇ ਮਾਂ ਨੂੰ ਸਦਾਇਆ ਹੋਏ ਦਿਲ ਪਿਓ ਦਾ ਦੁਖਾਇਆ ਬਾਬਾ ਜਿੰਨੇ ਮਾਂ ਨੂੰ ਸਦਾਇਆ ਹੋਏ
ਲੰਗਰ ਖਾਣ ਆਇਆ ਕਰੋ, ਗੱਲ ਸੁਣਨ ਆਇਆ ਕਰੋ ਕਿ ਮੌਲਵੀ ਕਿਹੜੀ ਗੱਲ ਅੰਦਰੋਂ ਬਿਆਨ ਕਰ ਗਿਆ ਏ। ਤੇਰੇ ਅੱਥਰੂ ਆ ਗਏ, ਤੇਰੀ ਮਹਿਫਲ ਕਬੂਲ ਹੋ ਗਈ, ਤੇਰਾ ਦਿਲ ਰੋ ਪਿਆ, ਤੇਰੇ ਤੇ ਅੱਲਾ ਰਾਜ਼ੀ ਹੋ ਗਿਆ। ਸੱਜਣਾ ਹੱਸ ਕੇ ਨਹੀਂ ਜਾਈਦਾ, ਸੱਜਣਾ ਸ਼ੈਤਾਨੀਆਂ ਕਰਕੇ ਨਹੀਂ ਜਾਈਦਾ, ਸੱਜਣਾ ਮਜ਼ਾਕ ਬਣਾ ਕੇ ਮਹਿਫਲ 'ਚ ਨਹੀਂ ਜਾਈਦਾ, ਅੱਥਰੂ ਵਗਾ ਕੇ ਜਾਇਆ ਕਰ, ਮਾਂ ਵਾਸਤੇ ਖੈਰਾ ਮੰਗਿਆ ਕਰ। ਸਗੀਰ ਜੀ ਦੀ ਮਾਂ ਜ਼ਿੰਦਾ ਵੇ, ਖੈਰਾ ਮੰਗੇ ਮੌਲਾ ਮੇਰੀ ਮਾਂ ਨੂੰ ਲੰਬੀ ਜ਼ਿੰਦਗੀ ਦੇ ਆਰੇ। ਪੁੱਛ ਮਲਕ ਸ਼ਬਾਨ ਦੇ ਵੀਰਾਂ ਕੋਲੋਂ, ਪੁੱਛ ਮਲਕ ਸ਼ਬਾਨ ਦੀਆਂ ਭੈਣਾਂ ਕੋਲੋਂ, ਹੈ ਸੱਜਣਾ ਮਾਂ ਦਾ ਵਿਛੋੜਾ ਕੀ ਆਉਂਦਾ ਏ, ਹੈ ਮਾਂ ਦਾ ਵਿਛੋੜਾ ਨਬੀ ਨੂੰ ਰੋਂਦਾ ਰਹਿ ਗਿਆ ਰੇ। ਮੇਰੇ ਨਬੀ ਜ਼ਿੰਦਗੀ 'ਚ ਰੋਂਦੇ ਰਹਿਣੇ, ਆਪਣੀ ਮਾਂ ਦੇ ਵਿਛੋੜੇ 'ਚ ਰੋਂਦੇ ਰਹਿਣੇ। ਸੱਜਣਾ ਮਾਵਾਂ ਤੇ ਫਿਰ ਮਾਵਾਂ ਆਉਂਦੀਆਂ ਨੇ, ਹੈ ਮਾਵਾਂ ਦੇ ਠੰਡੀਆਂ ਛਾਵਾਂ ਆਉਂਦੀਆਂ ਨੇ। ਜਦੋਂ ਬਾਬਾ ਮੁਸ਼ਕਲ ਵੇਲ ਪਿਆ ਜਾਏ, ਅੱਜ ਭੈਣ ਤੇਰੀ ਵੇੜੇ ਮੌਜੂਦ ਕੋਈ ਨਹੀਂ, ਅੱਜ ਮਾਮੂ ਬਹਿ ਕੇ ਪਿਆ ਰੋਂਦਾ ਏ, ਅੱਜ ਬਣੇ ਬੇਵੀਆਂ ਦੇ ਆਉਣੇ ਨੇ, ਮਾਂ ਤੇਰਾ ਵੀਰ ਪਰੇਸ਼ਾਨ ਏ, ਹੰਮੀ ਜੀ ਦੁਨੀਆਂ ਦੀਆਂ ਪਰੇਸ਼ਾਨ ਹੋ ਗਈਆਂ ਨੇ। ਸੱਜਣਾ ਸਦਾ ਮਾਲ ਦੌਲਤ ਨਹੀਂ ਰਹਿੰਦੀ, ਸੱਜਣਾ ਸਦਾ ਜਵਾਨੀ ਨਹੀਂ ਰਹਿੰਦੀ, ਸਦਾ ਗੋਠੀਆਂ ਤੇ ਬੰਗਲੇ ਨਹੀਂ ਰਹਿੰਦੇ। ਆਪਣੀਆਂ ਮਾਵਾਂ ਨੂੰ ਸੀਨੇ ਲਾ ਕੇ, ਆਪਣੀਆਂ ਮਾਵਾਂ ਦੇ ਮੱਥੇ ਚੁੰਮ ਲਿਆ ਰੇ। ਹਜ਼ਰੇ ਦੇ ਬਾਈ ਯਜ਼ੀਦ ਆਂਦੇ ਨੇ, ਅੱਧੀ ਰਾਤ ਦਾ ਵੇਲਾ ਹੋ ਗਿਆ, ਬਾਬਾ ਜਰਾ ਦਰਦੇ ਦਿਲ ਨਾਲ ਜੁਮਲੇ ਸੁਣਿਆ ਰੇ। ਹੈ ਮਾਂ ਨੇ ਪਾਣੀ ਮੰਗਿਆ, ਪੁੱਤਰ ਦੀਆਂ ਦੌੜਾਂ ਲੱਗ ਗਈਆਂ ਨੇ, ਅੱਜ ਸੁਭਾਨ ਆਉਂਦਾ ਹੁਣ ਮਾਂ ਮੈਂ ਲਾਹੌਰੋਂ ਨਾ ਸਾਂ, ਕਦੀ ਫੋਨ ਕਰਕੇ ਆਂਦੀ ਸੈ ਪੁੱਤਰਾ ਆ ਜਾ, ਅੱਜ ਕਿਸੇ ਨੇ ਫੋਨ ਕੀਤਾ, ਅੱਜ ਕਿਸੇ ਨੇ ਪੁੱਤਰ ਦਾ ਹਾਲ ਪੁੱਛਿਆ, ਅੱਜ ਕਿਸੇ ਨੇ ਆਖਿਆ ਸ਼ਬਾਨ ਪੁੱਤਰਾ ਆ ਜਾ, ਹਾ ਮੇਰਿਆ ਪੁੱਤਰਾ ਰੋਟੀ ਮੇਰੇ ਨਾਲ ਖਾਣੀ ਆ, ਫੇ ਸ਼ਾਮ ਵੇਲੇ ਜਲਦੀ ਆ ਜਾਈ, ਫੇ ਪੁੱਤਰ ਬਰਨੇ ਹੋਵੇ ਮਾਵਾਂ ਨੂੰ ਟੈਨਸ਼ਨਾਂ ਖਾ ਜਾਂਦੀਆਂ ਨੇ। ਬਾਬਾ ਜੀ ਸਾਰੀ ਰਾਤ ਮਾਂ ਅੱਖ ਨਹੀਂ ਜੇਲਾਂਦੀ, ਸਾਰੀ ਰਾਤ ਦਰਵਾਜ਼ੇ ਤੇ ਬੈਠੀ ਰਹਿੰਦੀ ਏ, ਹੁਣ ਮੇਰਾ ਪੁੱਤਰ ਆਵੇਗਾ, ਹੁਣ ਮੇਰੇ ਨਾਲ ਰੋਟੀ ਖਾਵੇਗਾ, ਹੁਣ ਮੈਂ ਦੁੱਧ ਗਰਮ ਕਰਕੇ ਦਿਆਂਗੀ। ਸ਼ਬਾਨ ਅੱਲਾ ਤੇਰਾ ਰੋਣਾ ਕਬੂਲ ਕਰੇ, ਅੱਜ ਭੈਣਾਂ ਵੇੜੇ ਬਹਿ ਕੇ ਰੋਂਦੀਆਂ ਪਈਆਂ ਨੇ, ਅੱਜ ਤੇਰੀਆਂ ਤੀਆਂ ਦਾਦੀ ਦੀ ਯਾਦ ਵਿੱਚ ਰੋਂਦੀਆਂ ਪਈਆਂ ਨੇ। ਹੇ ਦਾਦੀ ਜੀ ਸਾਡੇ ਵੇੜਿਓਂ ਬਹਾਰ ਲੈ ਗਏ ਹੋ, ਦਾਦੀ ਜੀ ਸਾਡੇ ਵੇੜਿਓਂ ਰੌਣਕ ਲੈ ਗਏ ਹੋ। ਹੇ ਸੱਜਣਾ ਦਾਦੇ ਤੇ ਦਾਦੀਆਂ ਪੋਤਰਿਆਂ ਨਾਲ ਬੜਾ ਪਿਆਰ ਕਰਦੀਆਂ ਨੇ, ਅੱਜ ਦੋਤਰੀਆਂ ਵੀ ਰੋਂਦੀਆਂ ਆਉਣੀਆਂ ਨੇ, ਅੱਜ ਤੀਆਂ ਵੀ ਰੋਂਦੀਆਂ ਆਉਣੀਆਂ ਨੇ, ਰੋ ਰੋ ਕੇ ਆਉਂਦੀਆਂ ਆਉਣੀਆਂ ਨੇ। ਮਾਏ ਮੇਰੀਆਂ ਭੈਣਾਂ ਪੀਆਂ ਰੋਂਦੀਆਂ ਨੇ, ਰੋ ਰੋ ਕੇ ਆਉਂਦੀਆਂ ਨੇ, ਵੀਰਾ ਮਾਂ ਟੁਰ ਗਈਆ, ਵੀਰਾ ਸ਼ਾਮਾਂ ਬਹਿ ਗਈਆਂ ਨੇ, ਸ਼ਾਮਾਂ ਬਹਿ ਗਈਆਂ ਮਾਂ ਨਹੀਂ ਆਈ, ਵੀਰਾ ਤੇਰੇ ਬਹਿ ਗਏ ਨੇ, ਅੱਜ ਮਾਂ ਆਉਂਦੀਆਂ ਦੀ ਸ਼ਬਾਨ ਤੇਰੀਆਂ ਭੈਣਾਂ ਆਈਆਂ ਨੇ, ਹੋਏ ਮੁਹੰਮਦ ਅਲੀ ਤੇਰੀਆਂ ਭੈਣਾਂ ਆਈਆਂ ਨੇ। ਹੋਏ ਮੇਰੇ ਉਂਗਲੀਓ ਪੁੱਤਰੋ, ਆਪਣੀਆਂ ਭੈਣਾਂ ਨੂੰ ਸੀਨੇ ਲਾ ਲਿਆ ਰੇ, ਆਪਣੀਆਂ
ਸਜਣਾ ਪੈਣਾ ਦੇ ਮੱਥੇ ਚੁੰਮ ਲਿਆ ਰੇ ਸਜਣਾ ਕਦੀ ਪੈਣਾ ਨੂੰ ਨਾਰਾਜ਼ ਨਾ ਹੋਇਆ ਰੇ ਕਦੀ ਪੈਣਾ ਨੂੰ ਰੋਂਦੀਆਂ ਵੇੜੀਆਂ ਬੰਨੇ ਨਾ ਕੱਢਿਆ ਰੇ ਹੈ ਪੈਣਾ ਰੋਂਦੀਆਂ ਜਾਣ ਵੇੜੇ ਉਜੜ ਜਾਂਦੇ ਰੇ ਹੈ ਪੈਣਾ ਦੁਖੀ ਜਾਣ ਵੀਰਾਂ ਦੇ ਮਾਲ ਲੁੱਟ ਕੱਢਦੇ ਰੇ ਹੈ ਸੌਦੇ ਅੱਲਾ ਦੀ ਕਸਮ ਰਮਦਾਂ ਵਾਲੇ ਮੁੱਕ ਜਾਂਦੇ ਰੇ ਹੈ ਨਾ ਪੈਣਾ ਨੂੰ ਸੀਨੇ ਲਾ ਲਿਆ ਰੇ ਹੈ ਨਾ ਪੈਣਾ ਨਾਲ ਪਿਆਰ ਕਰ ਜਾਇਆ ਰੇ ਰੱਬੇ ਕਾਬਾ ਦੀ ਕਸਮ ਰੋਣ ਵਾਲਿਆ ਜੁਮਲੇ ਸੁਣਿਆ ਰੇ ਇਹ ਸਿਆਲਕੋਟ ਦਾ ਵਾਕਿਆ ਏ ਇਹ ਸਿਆਲਕੋਟ ਕਿੰਡ ਦਾ ਵਾਕਿਆ ਮਲਕ ਸ਼ਬਹਾਨ ਇੱਕ ਭੈਣ ਉਹਦੀ ਸ਼ਾਦੀ ਹੋ ਗਈ ਇੱਕ ਕੱਲਾ ਬਾਤ ਕੱਲੀ ਭੈਣ ਹੋਏ ਮਾਂ ਵੀ ਦੁਨੀਆਂ ਤੋਂ ਟੁਰ ਗਈ ਏ ਪਿਓ ਵੀ ਬਾਬਾ ਜੀ ਦੁਨੀਆਂ ਤੋਂ ਟੁਰ ਗਿਆ ਗੱਲ ਸੁਣੀ ਸਿਰੇ ਅਥਰੂ ਆ ਜਾਣੇ ਨੇ ਜਰਾ ਮੇਰੇ ਵੱਲ ਤਵੱਜੋ ਕਰਿਆ ਰੇ ਬਾਬਾ ਜੀ ਵੀਰ ਗਰੀਬ ਰਹਿ ਗਿਆ ਏ ਹੋਏ ਅੱਜ ਭੈਣ ਕਰੋੜਾਂ ਪਤੀ ਹੋ ਗਈ ਏ ਅੱਜ ਭੈਣ ਸ਼ਬਾਨ ਲੱਖਾਂ ਪਤੀ ਹੋ ਗਈ ਏ ਅੱਜ ਈਦ ਆਈ ਏ ਭੈਣ ਨੂੰ ਈਦ ਦੇਣ ਜਾ ਰਿਹਾ ਏ ਇੱਧਰ ਵੇਖੀ ਬਾਬਾ ਜੀ ਸਾਈਕਲ ਲਈ ਏ ਹੁਣੇ ਸਾਈਕਲ ਲੈ ਕੇ ਕਹਿੰਦ ਚਲਾ ਗਿਆ ਏ ਅੱਜ ਭੈਣ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਅੱਜ ਭੈਣ ਦੇ ਪੁੱਤਰਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਅੱਜ ਸਾਈਕਲ ਦੀ ਹਸੀਅਤ ਕੋਈ ਨਹੀਂ ਅੱਜ ਲੱਖਾਂ ਦੀਆਂ ਗੱਡੀਆਂ ਖਲੋਤੀਆਂ ਹੋਈਆਂ ਨੇ ਸ਼ਬਾਨ ਅੱਲਾ ਦੀ ਕਸਮ ਗੱਲ ਸੁਣੀ ਸਿਰੇ ਅਥਰੂ ਆ ਜਾਣੇ ਬਾਬਾ ਜੀ ਸਾਈਕਲ ਲੈ ਕੇ ਆਪਣੀ ਭੈਣ ਦੀ ਕੋਠੀ ਦੇ ਸਾਹਮਣੇ ਗਿਆ ਏ ਜਾ ਕੇ ਦਰਵਾਜ਼ਾ ਖੜਕਾਇਆ ਏ ਅੰਦਰੋਂ ਭੈਣ ਨੇ ਕੈਮਰੇ ਚ ਵੇਖਿਆ ਵੇ ਜੁਮਲੇ ਸੁਣਿਓ ਯਾਰ ਅੰਦਰੋਂ ਭੈਣ ਨੇ ਕੈਮਰੇ ਚ ਵੇਖਿਆ ਮੇਰਾ ਵੀਰ ਆ ਗਿਆ ਏ ਓਏ ਸ਼ਾਲਾ ਮਰਨੇ ਨਵੀ ਕਿਸੇ ਦੇ ਓਏ ਸ਼ਾਲਾ ਮਰਨੇ ਨਵੀ ਕਿਸੇ ਦੇ ਤੇ ਨਾ ਹੋਣ ਨੀ ਮਾਣੀਆਂ ਬਣਾ ਅੱਲਾ ਦੀ ਕਸਮ ਲੋਕੋ ਭੈਣਾਂ ਬੜੇ ਲਾਡ ਲਡਾਉਂਦੀਆਂ ਜੇ ਆਪਣੇ ਪੁੱਤਰਾਂ ਨੂੰ ਉਠਾਉਂਦੀ ਏ ਆਂਦੀ ਏ ਉੱਠੋ ਮਾਮੂ ਆਇਆ ਮਾਮੂ ਸਾਈਕਲ ਤੇ ਈਦ ਦੇਣ ਆਇਆ ਭੈਣਾਂ ਦੇ ਘਰ ਗੱਡੀਆਂ ਖੜੀਆਂ ਨੇ ਸਜਣਾ ਪੈਣਾ ਲੱਖ ਪਤੀ ਵੀ ਆਉਣ ਵੀਰਾਂ ਦਾ 500 ਉਡੀਕਦੀਆਂ ਰਹਿੰਦੀਆਂ ਨੇ ਓਏ ਬਾਬੇ ਓਏ ਅੱਲਾ ਤੁਹਾਡਾ ਰੋਣਾ ਕਬੂਲ ਕਰੇ ਰੋਂਦਾ ਹੋਵੇ ਜਿੰਨਾ ਮਾਂ ਨੂੰ ਸੀਨੇ ਲਾਇਆ ਹੋਵੇ ਰੋਂਦਾ ਹੋਵੇ ਜਿੰਨਾ ਪੈਣਾ ਨੂੰ ਦੁੱਖ ਨਾ ਦਿੱਤੇ ਆਉਣ ਸੁਣੋ ਅੱਲਾ ਦੀ ਕਸਮ ਏ ਬਜ਼ੁਰਗੋ ਤੁਹਾਡੇ ਰੋਣ ਦਾ ਸਦਕਾ ਉਸ ਮਾਈ ਦੀ ਬਖਸ਼ਿਸ਼ ਹੋਣੀ ਏ ਓਏ ਭੈਣ ਨੇ ਪੁੱਤਰਾਂ ਨੂੰ ਉਠਾਇਆ ਵੇ ਉੱਠੋ ਪੁੱਤਰੋ ਤੁਹਾਡਾ ਮਾਮੂ ਆਇਆ ਰੇ ਬਾਬਾ ਜੀ ਕੋਠੀ ਦੇ ਦਰਵਾਜ਼ੇ ਖੁੱਲ ਗਏ ਨੇ ਨੌਕਰ ਅੱਗੇ ਆਉਣ ਲੱਗਾ ਭੈਣ ਨੇ ਪਿੱਛੇ ਕੀਤਾ ਏ ਆਂਦੀ ਏ ਪੁੱਤਰੋ ਮਾਮੂ ਦੀ ਸਾਈਕਲ ਚੁੰਮ ਕੇ ਅੰਦਰ ਲੈ ਕੇ ਓ ਅੱਜ ਮੇਰਾ ਵੀਰ ਆਇਆ ਰੇ ਹੇ ਅੱਜ ਮੇਰਾ ਵੀਰ ਆਇਆ ਰੇ ਹੇ ਭੈਣਾ ਕੁਝ ਨਹੀਂ ਮੰਗਦੀਆਂ ਸਜਣਾ ਹੇ ਭੈਣਾ ਕੁਝ ਨਹੀਂ ਮੰਗਦੀਆਂ ਸਜਣਾ ਇੱਥੇ ਵੀਰ ਦੀਆਂ ਖੈਰਾਂ ਮੰਗਦੀਆਂ ਨੇ ਹੇ ਭੈਣਾ ਕੁਝ ਨਹੀਂ ਮੰਗਦੀਆਂ ਸਜਣਾ ਇੱਥੇ ਵੀਰ ਦੀ ਖੈਰਾਂ ਮੰਗਦੀਆਂ ਨੇ ਅਤੀ ਰਾਤ ਵੇਲੇ ਉੱਠ ਬੂਵੇ ਤੇ ਹੇ ਵੀਰ ਦੀਆਂ ਰਾਵਾਂ ਤੱਕਦੀਆਂ ਨੇ ਹੱਤੀ ਰਾਤ ਉੱਠ ਦਰਵਾਜ਼ੇ ਦੇ ਹੈ ਮਲਕ ਸਾਹਿਬ ਹੱਤੀ ਰਾਤ ਉੱਠ ਦਰਵਾਜ਼ੇ ਦੇ
ਹਿਤ ਵੀਰ ਦੀਆਂ ਰਾਵਾਂ ਤੱਕਦੀਆਂ ਨੇ। ਹਜ਼ਰਾ ਜੁਮਲੇ ਸੁਣਿਆ ਮੈਂ ਤਕਰੀਰ ਮੁਕਾਂ ਲਗਾ ਨੇੜੇ ਲੈ ਗਿਆ ਜੁਮਲੇ ਸੁਣਿਆ ਨੇ। ਬਾਬਾ ਜੀ ਭੈਣ ਨੇ ਸਾਈਕਲ ਅੰਦਰ ਲੈ ਕੇ ਆਈਏ, ਬਾਬਾ ਜੀ ਵੀਰ ਨੇ ਜੇਬ ਚੋਂ 500 ਕੱਢਿਆ। ਜੁਮਲੇ ਸੁਣਿਓ ਯਾਰ, ਵੀਰ ਨੇ 500 ਕੱਢ ਕੇ ਆਪਣੀ ਅਮੀਰ ਭੈਣ ਦੇ ਹੱਥ ਤੇ ਰੱਖੇ ਨੇ। ਬਾਬਾ ਜੀ ਭੈਣ ਦੀਆਂ ਜੀਹਾਂ ਨਿਕਲ ਗਈਆਂ ਨੇ, ਰੋ ਕੇ ਵੀਰ ਦਾ ਮੱਥਾ ਚੁੰਮਦੀਏ। ਹਾਂਦੀਏ ਮੇਰੇ ਪਿਓ ਦੀ ਨਿਸ਼ਾਨੀ ਰਹਿ ਗਈ ਏ, ਮੇਰੀ ਮਾਂ ਦੀ ਨਿਸ਼ਾਨੀ ਰਹਿ ਗਈ ਏ। ਹੇ ਵੀਰਾ ਨਾ ਉਦੋਂ ਕੋਈ ਗੱਲ ਨਹੀਂ ਸੀ, ਵੀਰ ਰੋ ਕੇ ਭੈਣ ਨੂੰ ਜੱਫਾ ਮਾਰ ਲਿਆ। ਹਾਂਦੀਏ ਆਂਦਾ ਵੀਰਾ, ਵੀਰ ਕਹਿਣ ਲੱਗੇ ਭੈਣਾ ਮੈਂ ਆਖਿਆ ਸਾਰਿਆਂ ਦੇ ਵੀਰੀ ਤਾਂ ਲੈ ਕੇ ਗਏ ਹੋਣੇ, ਸਾਰਿਆਂ ਦੇ ਵੀਰਾ ਭੈਣਾਂ ਦੇ ਦਰਵਾਜ਼ੇ ਤੇ ਹੀ ਤਾਂ ਲੈ ਕੇ ਗਏ ਹੋਣੇ ਨੇ। ਇਹ ਭੈਣਾਂ ਤੇਰੀ ਸੇਵੀਆਂ ਦੀਆਂ ਭੁੱਖੀਆਂ ਨਹੀਂ, ਇਹ ਭੈਣਾਂ ਤੇਰੇ ਜਨਾਬੇ ਵਾਲਾ ਫਰੋੜ ਦੀਆਂ ਭੁੱਖੀਆਂ ਨਹੀਂ, ਇਹ ਭੈਣਾਂ ਤੇਰੇ ਪੈਸੇ ਦੀਆਂ ਭੁੱਖੀਆਂ ਨਹੀਂ। ਓਏ ਸਜਣਾ, ਭੈਣਾਂ ਤੇ ਵੀਰਾਂ ਦੀਆਂ ਭੁੱਖੀਆਂ ਆਉਂਦੀਆਂ ਨੇ, ਓਏ ਸਜਣਾ ਭੈਣਾਂ ਤੇ ਵੀਰਾਂ ਦੇ ਚਾਹ ਦੀਆਂ ਭੁੱਖੀਆਂ ਆਉਂਦੀਆਂ ਨੇ। ਅੱਜ ਮਲਕ ਸਾਹਿਬ ਜੁਮਲੇ ਸੁਣਿਓ, ਮੈਂ ਛੱਡਣ ਲੱਗਾ ਜੁਮਲੇ ਬੜੇ ਵੱਡੇ ਨੇ। ਇਹਨਾਂ ਭੈਣਾਂ ਨੂੰ ਪੁੱਛ ਲਿਆ, ਛੇੜੀਆਂ ਮੁਸੱਲੇ ਪਾ ਕੇ ਵੀਰਾਂ ਦੀਆਂ ਖੈਰਾਂ ਮੰਗਦੀਆਂ ਨੇ। ਹਾਂਦੀਆਂ ਨੇ ਸ਼ਾਲਾ ਮੇਰਾ ਵੀਰ ਖੁਸ਼ ਵਸੇ, ਹਾਏ ਸ਼ਾਲਾ ਮੇਰਾ ਵੀਰ ਖੁਸ਼ ਵਸੇ, ਵੇਖ ਤੇਰ ਪੈਣਾ ਕਿਵੇਂ ਪਈਆਂ ਤੜਫਦੀਆਂ ਨੇ। ਹਾਂਦੀਆਂ ਨੇ ਸ਼ਬਾਨ ਵੀਰਾ ਮਾਂ ਬੜੀ ਯਾਦ ਆਉਂਦੀ ਆ, ਹੋਏ ਮਾਂ ਦੀਆਂ ਜੁੱਤੀਆਂ ਚੁੰਮ ਚੁੰਮ ਰੋਂਦੀਆਂ ਵਾ, ਹੋਏ ਮਾਂ ਦੇ ਕੱਪੜੇ ਚੁੰਮ ਚੁੰਮ ਰੋਂਦੀਆਂ ਵਾ। ਉਹਨਾਂ ਭੈਣਾਂ ਨੂੰ ਪੁੱਛਿਆ, ਜੇ ਸ਼ਬਾਨ ਸਾਹਿਬ ਅੱਲਾ ਤੁਹਾਨੂੰ ਸਬਰ ਅਤਾ ਕਰੇ। ਹਜ਼ਰਾ ਜੁਮਲੇ ਸੁਣਿਆ ਨੇ, ਹੁਣੇ ਵੀਰ ਨੂੰ ਜੱਫਾ ਮਾਰ ਲਿਆ ਹੈ। ਹੁਣੇ ਆਖਿਆ, ਵੀਰਾ ਮੈਂ ਇਸ ਵਾਸਤੇ ਨਹੀਂ ਰੋਈ, ਮੈਨੂੰ ਪੈਸੇ ਥੋੜੇ ਦਿੱਤੇ। ਮਲਕ ਸਾਹਿਬ ਜੁਮਲੇ ਸੁਣਿਆ ਨੇ, ਹੁਣੇ ਭੈਣ ਨੂੰ ਸੀਨੇ ਲਾ ਲਿਆ, ਸਾਰੀ ਦੁਨੀਆ ਵੀਡੀਓ ਵੇਖ ਰਹੀ, ਲੋਕੀ ਸਾਊਦੀਆ ਬਹਿ ਕੇ ਰੋ ਪੈਂਦੇ ਨੇ, ਲੋਕੀ ਸਾਊਦੀਆ ਬਹਿ ਕੇ ਰੋ ਪੈਂਦੇ ਨੇ, ਲੋਕੀ ਅਮਰੀਕਾ ਸੁਣ ਕੇ ਰੋ ਪੈਂਦੇ ਨੇ। ਸਜਣਾ ਤੀਆਂ ਨਾਲ ਪਿਆਰ ਕਰ ਜਾਇਆ ਰੇ, ਸਜਣਾ ਭੈਣਾਂ ਦੇ ਦਰਵਾਜ਼ੇ ਬੰਦ ਨਾ ਕਰਿਆ ਰੇ, ਤੇਰੇ ਵੇੜੇ ਤੇਰੀ ਭੈਣ ਆ ਜਾ, ਆਖੀ ਬਿਸਮਿਲਾ ਮੇਰੀ ਭੈਣ ਆਈ ਹੈ। ਹੈ ਮੇਰੀ ਅੰਮੀ ਦੀ ਤਸਵੀਰ ਆਈ ਹੈ, ਹੈ ਮੇਰੀ ਮਾਂ ਦੀ ਤਸਵੀਰ ਆਈ ਹੈ। ਰੱਬੇ ਕਾਬਾ ਦੀ ਕਸਮ, ਰੋਣ ਵਾਲਿਆ ਜੁਮਲੇ ਸੁਣਿਆ ਨੇ, ਹਲ ਹੀਰਾਨ ਕਹਿਣਾ ਵਾ, ਅੱਲਾਹ ਦੀ ਰਹਿਮਤ ਹੁੰਦੀਆਂ। ਸੁਲਤਾਨੀ ਕਹਿ ਰਿਹਾ ਹੈ, ਅੱਲਾਹ ਦੀ ਰਹਿਮਤ ਹੁੰਦੀਆਂ ਨੇ, ਤੀਆਂ ਤੇ ਪਰੌਣੀਆਂ ਹੁੰਦੀਆਂ ਨੇ, ਤੀਆਂ ਤੇ ਪਰੌਣੀਆਂ ਬਾਬੇ ਦਾ ਰੋਣਾ ਮੈਨੂੰ ਬਰਦਾਸ਼ਤ ਨਹੀਂ ਆਉਂਦਾ, ਹੱਲਾਂ ਦੀ ਕਸਮ ਕਹਿਣਾ ਦਲ ਫਿਰ ਰਿਸ਼ਤਿਆਂ ਦੀ ਕਦਰ ਕਰ ਜਾਈ। ਹੁਣਾਂ ਭੈਣਾਂ ਨੂੰ ਪੁੱਛਿਆ ਰੇ, ਉਸ ਜ਼ੈਨਬ ਨੂੰ ਪੁੱਛੋ ਜਿਹਦਾ ਹੁਸੈਨ ਟੁਰ ਗਿਆ ਏ, ਉਸ ਸਕੀਨਾ ਨੂੰ ਪੁੱਛਿਆ ਜੇ, ਹਜ਼ਰਾਤ ਮੇਰੇ ਵੱਲ ਵੇਖਿਆ ਜੇ, ਜਿਹੜੀ ਸਕੀਨਾ ਬਾਬੇ ਦੇ ਲਾਸ਼ੇ ਤੇ ਆ ਕੇ ਹੱਥ ਬੰਨਦੀ ਰੋਂਦੀ ਪਈ ਏ, ਤੇ ਰੋ ਰੋ ਕੇ ਮਿਸਰਾ ਬੜਾ ਲਗਾਵਾਂ, ਰੋ ਰੋ ਕੇ ਕਹਿੰਦੀ ਏ, ਅੱਖੀਆਂ ਖੋਲ ਮੇਰਾ ਬਾਬਾ, ਅੱਖੀਆਂ ਖੋਲ ਮੇਰਾ ਬਾਬਾ, ਧੀਆਂ ਘਬਰਾ ਗਈਆਂ, ਅੱਖੀਆਂ ਖੋਲ ਮੇਰਾ ਬਾਬਾ।
ਅੱਖੀਆਂ ਖੋਲ ਮੇਰਾ ਬਾਬਾ ਅੱਜ ਵੀ ਦੀਆਂ ਛੋਟੀਆਂ ਹੋਣ ਮਾਂ ਦੀ ਪਿਓ ਦੀ ਮਈਅਤ ਖਲੋ ਜਾਂਦੀਆਂ ਨੇ ਹੱਬੂ ਦਾ ਮੱਥਾ ਚੁੰਮ ਜਾਂਦੀਆਂ ਨੇ ਅੱਖੀਆਂ ਖੋਲ ਮੇਰਾ ਬਾਬਾ ਧੀਆਂ ਘਬਰਾ ਗਈਆਂ ਅੱਖੀਆਂ ਖੋਲ ਮੇਰਾ ਬਾਬਾ ਧੀਆਂ ਘਬਰਾ ਬਾਬਾ ਜੀ ਜਿਹਨੇ ਸੁਣਿਆ ਜਿਆ ਲਲ ਐਲਾਨ ਕਹਿ ਰਿਹਾ ਵਾ ਜਿੱਥੋਂ ਗੰਦ ਛੱਡੀ ਹੈ ਉੱਥੇ ਹੀ ਲੈ ਕੇ ਜਾ ਰਿਹਾ ਵਾ ਜਦੋਂ ਪੈਨੇ 500 ਰੁਪਇਆ ਲੈ ਆ ਬਾਬੇ 500 ਰੁਪਇਆ ਲੈ ਕੇ ਆਪਣੀ ਸੇਫ ਚ ਰੱਖਣ ਗਈ ਐ ਮੇਰੇ ਵੱਲ ਵੇਖਿਓ ਤੇ 20 ਰੁਪਇਆ ਰੋਂਦਾ ਆ ਮੈਂ ਗਰੀਬਾਂ ਪੈਣੇ 500 ਕਬੂਲ ਕਰੀ ਓਏ ਨੰਦਨਪੁਰ ਵਿੱਚ ਬਹਿਣ ਵਾਲਿਆ ਭੈਣ ਨੇ ਵੀਰ ਦਾ ਜੱਫਾ ਮਾਰ ਕੇ ਮੱਥਾ ਚੁੰਮਿਆ ਫਰਮਾਇਆ ਵੀਰਾ ਮੈਂ ਥੋੜਿਆਂ ਪੈਸਿਆਂ ਦੀ ਵਜ੍ਹਾ ਤੋਂ ਨਹੀਂ ਰੋਈ ਭੈਣੇ ਕਿਉਂ ਰੋਈ ਏ ਫਰਮਾਉਂਦੀ ਏ ਮੈਂ ਤਾਂ ਰੋਈਆਂ ਤੂੰ ਕਦੀ ਅੰਮਾ ਨੂੰ ਨਾਲ ਲੈ ਕੇ ਆਉਂਦਾ ਰਿਹਾ ਏ ਤੂੰ ਕਦੀ ਬਾਪ ਨੂੰ ਨਾਲ ਲੈ ਕੇ ਮੇਰੇ ਵੇੜੇ ਆਉਂਦਾ ਰਿਹਾ ਏ ਤੇ ਮੀਆਂ ਸਾਹਿਬਾਂ ਦੇ ਨੇ ਮਾਂ ਮਰੇ ਤੇ ਹੋਏ ਮਾਪੇ ਮੁੱਕਦੇ ਹੱਥਾਂ ਵੀਰ ਮਰਨ ਖਾਲੀ ਆਏ ਹਾਏ ਬਾਬੀ ਉਹ ਮੇਰੇ ਵੱਲ ਵੇਖਿਆ ਜੇ ਸਾਰੀ ਦੁਨੀਆਂ ਤੜਫੇ ਹੋਏ ਮਾਂ ਮਰੇ ਤੇ ਹੋਏ ਮਾਪੇ ਮੁੱਕਦੇ ਅੱਜ ਮੇਰੀਆਂ ਮਾਵਾਂ ਭੈਣਾਂ ਵੀ ਆ ਗਈਆਂ ਹੱਲਾ ਦੀ ਕਸਮ ਪੁੱਛ ਲਿਆ ਜਾ ਮਾਂ ਦਾ ਦੁੱਖ ਕੀ ਆਉਂਦਾ ਇਹਨਾਂ ਮੇਰੀਆਂ ਬਾਜੀਆਂ ਨੂੰ ਪੁੱਛ ਲਿਆ ਜਾ ਮਾਂ ਦੀ ਦੁੱਖ ਕੀ ਆਉਂਦੇ ਰੱਬੇ ਕਾਬਾ ਦੀ ਕਸਮ ਉਹ ਵੀਰੋ ਤੁਹਾਡੀਆਂ ਭੈਣਾਂ ਰੋਂਦੀਆਂ ਪਈਆਂ ਨੇ ਅੱਜ ਰੋ ਕੇ ਅੰਮਾ ਦੇ ਖਤਮ ਦੇ ਆਉਂਦੀਆਂ ਨੇ ਤੁਰ ਗਈਆਂ ਅੰਮਾ ਵੇੜੇ ਛੱਡ ਗਈਏ ਅੱਜ ਵੇੜੇ ਸੁਝੇ ਹੋ ਗਏ ਨੇ ਸਾਨੂੰ ਤੇਰੇ ਵੇੜੀਓ ਕੁਝ ਨਹੀਂ ਲੱਭਦਾ ਕਰੀਏ ਰੋ ਰੋ ਕੇ ਪਿਆਂ ਦੀਆਂ ਅੱਜ ਰੋਂਦੀਆਂ ਤੇਰੀਆਂ ਜਾਈਆਂ ਇੱਥੇ ਸੁਣੀ ਅੱਜ ਰੋਂਦੀਆਂ ਤੇਰੀਆਂ ਜਾਈਆਂ ਅੱਜ ਆ ਜਾਏ ਅੰਮਾ ਰਾਣੀਏ ਰੋਂਦੀਆਂ ਤੇਰੀਆਂ ਜਾਈਆਂ ਹੁਣ ਆ ਜਾ ਅੰਮਾ ਰਾਣੀਏ ਹੁਣ ਰੋਂਦੀਆਂ ਤੇਰੀਆਂ ਜਾਈਆਂ ਸਜਣੋ ਭੈਣਾਂ ਨੂੰ ਬੜੇ ਦੁੱਖ ਆਉਂਦੇ ਨੇ ਹੋਏ ਪੁੱਤਰ ਰੋ ਕੇ ਚੁੱਪ ਕਰ ਜਾਂਦੇ ਨੇ ਹੋਏ ਧੀਆਂ ਰੋਜ਼ਾਨਾ ਮਰਦੀਆਂ ਦੇ ਜੁੰਡੀਆਂ ਨੇ ਹੋਏ ਧੀਆਂ ਪੇਕੀਆਂ ਦੇ ਵੇੜੇ ਬਹਿ ਕੇ ਰੋਂਦੀਆਂ ਨੇ ਹੋਏ ਧੀਆਂ ਸਹੁਰਿਆਂ ਦੇ ਵੇੜੇ ਬਹਿ ਕੇ ਰੋਂਦੀਆਂ ਨੇ ਅੱਜ ਸਾਰੇ ਹੀ ਭੈਣਾਂ ਆ ਕੇ ਰੋ ਰੋ ਕੇ ਆਉਂਦੀਆਂ ਨੇ ਹੁਣ ਰੋਂਦੀਆਂ ਤੇਰੀਆਂ ਜਾਈਆਂ ਹੁਣ ਆ ਜਾਏ ਅੰਮਾ ਰਾਣੀਏ ਰੋਂਦੀਆਂ ਤੇਰੀਆਂ ਅੱਜ ਮਾਂ ਵੀ ਕਬਰ ਵਿੱਚ ਵੇਂਦੀ ਹੋਣੀ ਆਂਦੀ ਏ ਸ਼ਮਾਨ ਮੇਰੀਆਂ ਧੀਆਂ ਤੇਰੇ ਵੇੜੇ ਆ ਜਾਣੀ ਹੈ ਮੁਹੰਮਦ ਅਲੀ ਮੇਰੀਆਂ ਧੀਆਂ ਤੁਹਾਡੇ ਵੇੜੇ ਆ ਜਾਣੇ ਇਹਨਾਂ ਨੂੰ ਦੁਖੀ ਨਾ ਡੋਰਿਆ ਜੇ ਇਹਨਾਂ ਨੂੰ ਪਰੇਸ਼ਾਨ ਨਾ ਕਰਿਆ ਜੇ ਅੱਜ ਰੋਂਦੀਆਂ ਤੇਰੀਆਂ ਜਾਈਆਂ ਹੁਣ ਆ ਜਾਏ ਅੰਮਾ ਰਾਣੀਏ ਹੁਣ ਰੋਂਦੀਆਂ ਤੇਰੀ ਜਾਈਆਂ ਹੁਣ ਆ ਜਾ ਅੰਮਾ ਰਾਣੀਏ ਤੇ ਮਲਕ ਸ਼ਬਾਨ ਜੁਮਲਾ ਦੇਣ ਲਗਾ ਵੇੜੇ ਸਾਡੇ ਆ ਜਾ ਮਾਏ ਹਾਏ ਹਾਏ ਹਾਬੀਓ ਵੇੜੇ ਸਾਡੇ ਆ ਜਾ ਮਾਏ
ਉਹ ਦੁੱਖ ਮੈਨੂੰ ਕੋਈ ਨਹੀਂ, ਉਹ ਦੁੱਖ ਮਜਮੇ ਨੂੰ ਕੋਈ ਨਹੀਂ, ਜਿਹੜਾ ਦੁੱਖ ਦੀਆਂ ਨੂੰ ਲੱਗ ਗਿਆ, ਉਹ ਜਿਹੜਾ ਜ਼ਖਮ ਦੀਆਂ ਦੇ ਦਿਲਾਂ ਤੇ ਲੱਗ ਗਿਆ। ਕਿਵੇਂ ਮਾਂ ਉੱਠ ਕੇ ਬੂਵੇ ਤੇ ਜਾਂਦੀ ਆਉਣੀ ਹੈ, ਮੇਰੀ ਵੱਡੀ ਧੀ ਆਈ ਮੇਰੀ ਛੋਟੀ ਆਈ, ਬਿਸਮਿਲਾ ਕਰਾਂ ਨੀ ਉਹ ਪੈਸੇ ਲੈਣੇ ਜੇ ਤੇ ਮਾਂ ਦਵੇ, ਕਦੀ ਬਾਬਾ ਜੀ ਮਾਂ ਕੱਪੜੇ ਬਣਾਉਂਦੀ, ਕਦੀ ਪੇਟੀਆਂ ਬਣਾਉਂਦੀ, ਕਦੀ ਸਮਾਨ ਬਣਾਉਂਦੀ, ਆਂਦੀ ਏ ਧੀ ਉਹ ਸਾਰੀਆਂ ਚੀਜ਼ਾਂ ਦੇ ਕੇ ਮਰਾਂ, ਸਾਰੀਆਂ ਚੀਜ਼ਾਂ ਬਣਾ ਕੇ ਦਾਗ ਜਾਵਾਂ, ਰੱਬੇ ਕਾਬਾ ਦੀ ਕਸਮ ਰੋਣ ਵਾਲੇ ਇਹਨਾਂ ਧੀਆਂ ਦੇ ਦੁੱਖ ਪੁੱਛਿਆ ਜੇ, ਇਹਨਾਂ ਭੈਣਾਂ ਦੇ ਦੁੱਖ ਪੁੱਛਿਆ ਜੇ, ਜਿਨ੍ਹਾਂ ਨੂੰ ਅੱਜ ਸੀਨੇ ਲਾਉਣ ਵਾਲੀ ਮਾਂ ਕੋਈ ਨਹੀਂ, ਤੇ ਰੋ ਕੇ ਸੁਲਤਾਨੀ ਤੇਰੇ ਮੱਜੇ ਮੈਂ ਵਿੱਚ ਅੱਲਾਹ ਦੀ ਰਹਿਮਤ। ਧੀਆਂ ਬੈਠੀਆਂ ਨੇ ਸਾਹਮਣੇ, ਧੀਆਂ ਖਲੋਤੀਆਂ ਆਪਣੀ ਧੀ ਨੂੰ ਤਸਵੀਰ ਦੇ ਸਾਹਮਣੇ ਰੱਖੀ ਅੱਖਾਂ ਦੇ, ਫਿਰ ਤੈਨੂੰ ਪਤਾ ਲੱਗੇ ਮੈਂ ਕੀ ਬਿਆਨਾ। ਅੱਲਾਹ ਦੀ ਰਹਿਮਤ ਹੁੰਦੀਆਂ ਨੇ ਧੀਆਂ ਤੇ ਪਰੌਣੀਆਂ ਹੁੰਦੀਆਂ ਨੇ, ਧੀਆਂ ਤੇ ਪਰੌਣੀਆਂ ਹੁੰਦੀਆਂ ਨੇ। ਅਗਲਾ ਸ਼ੇਰ ਸੁਣਿਆ ਜੇ, ਮਹਾਨਾਲੇ ਵਫਾਵਾਂ ਕਰਦੀਆਂ ਨੇ, ਬਾਪੁਲ ਲਈ ਧੁਮਾਵਾਂ ਕਰਦੀਆਂ ਨੇ। 2 ਮਿੰਟ ਰਹਿ ਗਏ, 4 ਮਿੰਟ ਛੱਡਣ ਲਗਾ ਰਹੇ। ਮਹਾਨਾਲੇ ਵਫਾਵਾਂ ਕਰਦੀਆਂ ਨੇ, ਬਾਪੁਲ ਲਈ ਧੁਮਾਵਾਂ ਕਰਦੀਆਂ ਨੇ। ਕਿਉਂ ਕਿਉਂ ਵੇੜੇ ਪਰਵਾਨੀਆਂ ਹੁੰਦੀਆਂ ਨੇ, ਧੀਆਂ ਤੇ ਪਰਵਾਨੀਆਂ ਹੁੰਦੀਆਂ। ਐ ਮੈਂ ਬੇਟੀ ਦੱਸੀ, ਐ ਮੈਂ ਭੈਣ ਦੀ, ਭੈਣ ਦੀ ਸ਼ਾਨ ਬੜੀ ਹੈ ਤੁਹਾਡੇ ਸਾਹਮਣੇ, ਤਾਂ ਤਵੱਜੋ ਕਰਿਓ। ਤੇ ਮੈਂ ਆਖਰੀ ਗੱਲ ਕਰਕੇ ਇਜਾਜ਼ਤ ਚਾਹਾਂਗਾ, ਜ਼ਰਾ ਜੁਮਲੇ ਸੁਣਿਓ। ਹਜ਼ਰਤ ਬਾਯਜ਼ੀਦ ਬਸਤਾਮੀ ਖੂਹ ਤੇ ਗਏ ਪਾਣੀ ਲੈ ਕੇ ਆਏ, ਗੱਲ ਪੂਰੀ ਸੁਣੀ ਜੇ ਪੂਰੀ ਕਰਕੇ ਜਾਣੀ, ਪਾਣੀ ਲੈ ਕੇ ਆਏ ਕਿਬਲਾ, ਪਾਣੀ ਲੈ ਕੇ ਆਏ ਤੇ ਪਿਆਲੇ 'ਚ ਪਾਣੀ ਪਾਇਆ ਤੇ ਮਾਂ ਦੇ ਸਰਾਣੇ ਆਏ ਤੇ ਮਾਂ ਸੌਂ ਗਈ। ਹੁਣ ਕਿਸਮਤ ਬਦਲ ਲੱਗੀ ਜੇ ਬਾਬਿਓ, ਅੱਲਾ ਤੁਹਾਡੇ ਅਥਰੂ ਕਬੂਲ ਕਰੇ। ਆ ਜਿੰਨੇ ਆਇਓ ਹਰ ਸਾਲ ਸਜਾਉਂਦੇ ਨੇ, ਲੰਗਰ ਪਕਾਉਂਦੇ ਨੇ, ਮਾਂ ਦੇ ਨਾਂ ਦਾ ਇੰਤਜ਼ਾਮ ਕਰਦੇ ਨੇ। ਜੁਮਲੇ ਸੁਣਿਓ, ਜਦੋਂ ਬਾਯਜ਼ੀਦ ਮਾਂ ਦੀ ਚਾਰਪਾਈ ਕੋਲ ਆਇਆ ਤੇ ਮਾਂ ਦੀ ਅੱਖ ਲੱਗ ਗਈ ਤੇ ਅਕਲ ਕਹਿਣ ਲੱਗੀ, ਇੱਧਰ ਸੁਣਿਓ ਜੀ, ਆ ਮੇਰੇ ਵੱਲ ਵੇਖੋ, ਅਕਲ ਕਹਿਣ ਲੱਗੀ ਬਾਯਜ਼ੀਦ ਪਿਆਲਾ ਥੱਲੇ ਰੱਖ ਕੇ ਸੌਂ ਜਾ, ਮਾਂ ਉੱਥੇ ਕਿਤੇ ਪਾਣੀ ਪੀ ਲੇਗੀ। ਇਸ਼ਕ ਕਹਿਣ ਲੱਗਾ ਨਾ ਨਾ, ਅੱਜ ਉਹ ਜਿਹੜੇ 10 ਸਾਲ ਇਮਤਿਹਾਨ ਦਿੰਦਾ ਰਿਹਾ, ਅੱਜ ਉਹਦਾ ਰਿਜ਼ਲਟ ਆਉਣਾ, ਫੜੀ ਰੱਖਿਆ ਉਹਦੇ ਤੋਂ ਹਜੇ ਦੀਆਂ ਲਾਣਾ ਹੋਈਆਂ, ਮੁੱਲ ਪਾਣੇ ਆ ਜੁਮਲੇ ਦਾ। ਮਾਂ ਉੱਠੀ ਤੇ ਮਾਂ ਨੇ ਵੇਖਿਆ ਤੇ ਪੁੱਤਰ ਕੋਲ ਹੈ, ਪੁੱਤਰ ਕੋਲ ਹੈ, ਉੱਠੀ ਤੇ ਪੁੱਤਰ ਕੋਲ, ਜਦੋਂ ਪੁੱਤਰ ਵੇਖਿਆ ਨਾ ਕੋਲ ਖਲੋਤਾ, ਮਾਂ ਨੇ ਆਖਿਆ ਬਾਯਜ਼ੀਦ ਸੁੱਤਾ ਨਹੀਂ।
ਸੁੱਤਾ ਨਹੀਂ ਅੰਮੀ ਜੀ ਕਿਉਂ ਪੁੱਤਰ ਪੁੱਤਰ ਅੰਮੀ ਜੀ ਤੁਸੀਂ ਪਾਣੀ ਮੰਗਿਆ ਸੀ ਹੁਣ ਕਿਹੜਾ ਤੁਹਾਡੇ ਵਿੱਚ ਜਿਹੜਾ ਮਾਂ ਪਿਓ ਪਾਣੀ ਮੰਗੇ ਤੇ ਸਾਰੀ ਰਾਤ ਖਲੋਤਾ ਰਹੇ ਮੈਨੂੰ ਦੱਸੋ ਨਾ ਬੰਦਾ ਕਿਹੜਾ ਬਾਬਾ ਇਹ ਗੱਲਾਂ ਕਰਨੀਆਂ ਸੌਖੀਆਂ ਨੇ ਤਕਰੀਰਾਂ ਕਰਨੀਆਂ ਸੌਖੀਆਂ ਨੇ ਗੱਲ ਮਖਾਣੀ ਔਰ ਉਹਦੇ ਤੇ ਅਮਲ ਕਰਨਾ ਔਖਾ ਜੀ ਮੈਨੂੰ ਸੁਣਿਆ ਜੀ ਬਾਬਾ ਜੀ ਮਾਂ ਨੇ ਜਦੋਂ ਪੁੱਤਰ ਨੂੰ ਵੇਖਿਆ ਏ ਸਾਰੀ ਰਾਤ ਹੀ ਖੜਾ ਰਿਹਾ ਜਨਾਬੇ ਵਾਲਾ ਮਾਂ ਨੂੰ ਤਰਸ ਆਇਆ ਬਾਬਾ ਜੀ ਮਾਂ ਨੇ ਮਸੱਲਾ ਪਾ ਲਿਆ ਰੇ ਮਾਂ ਨਫਲ ਫੜ ਕੇ ਹੱਥ ਚੁੱਕਦੀ ਏ ਫਿਰ ਰੋ ਕੇ ਦੁਆ ਕਰਦੀ ਏ ਮੌਲਾ ਦਸ ਸਾਲ ਮੇਰਾ ਬਾਯਜ਼ੀਦ ਜੰਗਲਾਂ 'ਚ ਫਿਰਦਾ ਰਿਹਾ ਏ ਯਾ ਅੱਲਾ ਤੈਨੂੰ ਲੱਭਦਾ ਰਿਹਾ ਏ ਯਾ ਅੱਲਾ ਤੋਂ ਮਿਲਿਆ ਕੋਈ ਨਹੀਂ ਯਾ ਅੱਲਾ ਅੱਜ ਸੁਣੀ ਸੁਣੀ ਯਾ ਅੱਲਾ ਅੱਜ ਮਾਂ ਦੁਆ ਕਰ ਚੱਲੀ ਆ ਮੌਲਾ ਮੇਰੇ ਪੁੱਤਰ ਨੂੰ ਬਲੀਆਂ ਦਾ ਇਮਾਮ ਬਣਾ ਦੇ ਬਲੀਆਂ ਦਾ ਸਰਦਾਰ ਬਣਾ ਦੇ ਗੱਲ ਮੁੱਕਣ ਲੱਗੀ ਇੱਧਰ ਵੇਖੀ ਮੇਰੇ ਪੁੱਤਰ ਨੂੰ ਬਲੀਆਂ ਦਾ ਇਮਾਮ ਬਣਾ ਦੇ ਮੇਰੇ ਪੁੱਤਰ ਨੂੰ ਬਲੀਆਂ ਦਾ ਸਰਦਾਰ ਬਣਾ ਦੇ ਮਲਕ ਸ਼ਬਾਨ ਸਾਹਿਬ ਦੇ ਦਰਬਾਰ ਨੇ ਦੁਆ ਕੀਤੀ ਏ ਜਿਵੇਂ ਤੇਰੀ ਮਾਂ ਦੀ ਦੁਆ ਤੈਨੂੰ ਲੱਗੀ ਏ ਹਿੰਜੀ ਬਾਯਜ਼ੀਦ ਦੀ ਮਾਂ ਦੀ ਦੁਆ ਬਾਯਜ਼ੀਦ ਨੂੰ ਲੱਗ ਗਈ ਏ ਫਿਰ ਰੋਂਦੇ ਨੇ ਮਾਂ ਦੁਆ ਕੀਤੀ ਏ ਹੰਦ ਨੇ ਸਜਣਾ ਸੁਣਿਓ ਹਜੇ ਮਾਂ ਨੇ ਹੱਥ ਨਹੀਂ ਫੇਰਿਆ ਹੱਲਾ ਨੇ ਮੈਨੂੰ ਹੀ ਆਪਣਾ ਵਲੀ ਬਣਾ ਲਿਆ ਫਿਰ ਮੈਨੂੰ ਕਹਿਣਾ ਪੈਣਾ ਹੈ ਆਖਰੀ ਮਿਸਰੇ ਫਿਰ ਮੈਨੂੰ ਕਹਿਣਾ ਪੈਣਾ ਹੈ ਅਜ਼ਮ ਤਾਂ ਕੀ ਸੁਣਾਵਾਂ ਦੀਆਂ ਮਿਲ ਕੇ ਇੱਧਰ ਆਓ ਜੀ ਸਾਰੇ ਭਾਈ ਇੱਕ ਵਾਰੀ ਮਾਰੀਏ ਨਾਰਾ ਤੇ ਜਾਈਏ ਅਜ਼ਮ ਤਾਂ ਕੀ ਸੁਣਾਵਾਂ ਅੱਜ ਸਾਰੇ ਮਲਕ ਬਰਾਦਰਾਂ ਸਾਰੀ ਦੁਨੀਆ ਦੇ ਸਾਹਮਣੇ ਖਲੋ ਕੇ ਮਲਕ ਸ਼ਬਾਨ ਦੀ ਵੀ ਗੱਲ ਹੈ ਵੱਡੇ ਤੇ ਛੋਟੀਆਂ ਪੁੱਤਰਾਂ ਦੀ ਵੀ ਗੱਲ ਹੈ ਮੈਨੂੰ ਕਹਿੰਦੇ ਨੇ ਸੁਲਤਾਨੀ ਤੂੰ ਯਾਦ ਕੀ ਆਖਾਂ ਅਜ਼ਮਤਾ ਕੀ ਸੁਣਾਵਾਂ ਮਿਲ ਕੇ ਅਜ਼ਮਤਾ ਜਿਹਦਾ ਹੱਥ ਸਲਾਮਤ ਇੱਕ ਵਾਰੀ ਸੱਚਾ ਹੱਥ ਚੁੱਕੇ ਮਾਂ ਦੇ ਨਾਂ ਦੇ ਮਿਲ ਕੇ ਆਖਣਾ ਹੀ ਅਜ਼ਮਤਾ ਕੀ ਖੜ ਕੇ ਆਖੇਗਾ ਤਾਰ ਦਿੰਦੀਆਂ ਪੂਰਾ ਕਸੂਰ ਆਖੇ ਇੱਕ ਵਾਰੀ ਹੱਥ ਚੋਕੇ ਤਾਰ ਦਿੰਦੀਆਂ ਨੇ ਦੋਵਾਂ ਰੋਗਿਆਂ ਨੇ ਹੋਏ ਮੈਨੂੰ ਸਗੀਰ ਨੇ ਗੱਲ ਸੁਣਾਈ ਮੇਰਾ ਦਿਲ ਰਾਜ਼ੀ ਹੋ ਗਿਆ ਇੱਧਰ ਵੇਖ ਉੱਧਰ ਥੱਲੇ ਬਹਿ ਜਾ ਆ ਗੱਲ ਸੁਣਿਓ ਮੈਨੂੰ ਕਹਿੰਦਾ ਕਾਜ਼ੀ ਸਾਹਿਬ ਜਿਹੜਾ ਸ਼ਬਾਨ ਹੈ ਮਲਕ ਸ਼ਬਾਨ ਸਾਹਿਬ ਇਹ ਆਪਣੇ ਭਰਾਵਾਂ ਨਾਲ ਬੜੀ ਮੁਹੱਬਤ ਕਰਦੇ ਸਾਹਮਣੇ ਬੈਠੇ ਨੇ ਮੈਂ ਕੋਲੋਂ ਗੱਲ ਕਰਾਂ ਤੇ ਮੇਰਾ ਸਿਰ ਕਲਮ ਕਰ ਦੇ ਬਾਬਾ ਜੇ ਅਹਿਸਾਸ ਕੋਈ ਕਰਦਾ ਹੋਵੇ ਤੇ ਪਿੰਡ ਵਾਲੇ ਵੀ ਗਵਾਹੀ ਦਿੰਦੇ ਨੇ ਐ ਤੁਸੀਂ ਵੀਰ ਸਾਰੇ ਖੜੇ ਹੋ ਯਾਰ ਅਗਲੇ ਸਾਲ ਪਤਾ ਨਹੀਂ ਮੈਂ ਜ਼ਿੰਦਾ ਰਹਿਣਾ ਕਿ ਨਹੀਂ ਰਹਿਣਾ ਹੈ ਬਾਬਾ ਜੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਹੈ ਆ ਆ ਆ ਲੈ ਲੈ
ਈਦ ਵਾਲੇ ਦਿਨ ਮਾਂ ਦੀ ਕਬਰ ਤੇ ਜਾਂਦੇ ਹੋਣੇ, ਜਾ ਕੇ ਕਹਿੰਦੇ ਹੋਣੇ ਮਾਂ ਅੱਗੇ ਜਿਹੜੀ ਰੋਣੀ ਸੋਹਣੀ ਈਦ ਵਾਲੇ ਦਿਨ ਸਾਰੇ ਵੀਰ ਇਕੱਠੇ ਬਹਿੰਦੇ ਨੇ ਤੇ ਭੈਣਾਂ ਨੂੰ ਵੀ ਬੁਲਾ ਲੈਣੀ ਸੀ। ਸ਼ਬਾਨ ਫੋਨ ਕਰ ਰਹਾ ਆਪਣੀ ਬਾਜੀਆਂ ਨੂੰ, ਮੁਹੰਮਦ ਅਲੀ ਫੋਨ ਕਰ ਰਹਾ ਮੇਰੀਆਂ ਧੀਆਂ ਨੂੰ, ਆਖੋ ਈਦ ਆ ਜਾਓ ਮਾਂ ਨੂੰ ਮਿਲਣ ਆਓ, ਅਜੋ ਕੋਈ ਨਹੀਂ ਨਹੀਂ ਕੋਈ ਨਹੀਂ ਨਹੀਂ ਅੱਜ ਕੋਈ ਨਹੀਂ ਬਾਹਰ ਤੇ ਰੋ ਕੇ ਸਾਰੇ ਪਿਆਂ ਦੇ ਨੇ ਭੈਣਾਂ ਵੀ ਆਖਰੀਆਂ ਨੇ ਵੀਰ ਵੀ ਆਖਰੇ ਸੁਲਤਾਨੀ ਛੱਡ ਲਗਾਏ, ਰੋ ਕੇ ਕਹਿ ਰਹੇ ਨੇ ਮਾਂ ਬੜੇ ਲਾਡ ਲਡਾਉਂਦੀ ਰੋ ਗਈਆਂ ਨੇ ਮਾਂ ਤੂੰ ਜਨਤੇ ਸੈ ਸਾਡੀ ਜਦੋਂ ਦਾ ਕਰ ਗਏ ਸੁਣੀ ਸੁਣੀ ਜਦੋਂ ਦਾ ਕਰ ਗਏ ਪਰਦਾ ਸਿਰ ਤੂੰ ਉੱਠ ਗਈ ਠੰਡੀ ਛਾਂ ਦੱਸ ਕਿਥੋਂ ਲਵਾ ਗਏ ਸ਼ਬਾਨ ਨਹੀਂ ਲਵਣੀ ਹੋਏ ਮਾਂ ਨਹੀਂ ਨਜ਼ਰੀ ਆਉਣੀ ਹੋਏ ਦੱਸ ਕਿਥੋਂ ਲਵਾ ਗਏ ਕਿਥੋਂ ਲਵਾ ਗਏ ਤੈਨੂੰ ਮਾਂ ਦੱਸ ਕਿਥੋਂ ਲਵਾ ਗਏ ਤਾਜ ਮੁਹੰਮਦ ਅੱਲਾ ਦੀ ਇੱਜ਼ਤ ਦੀ ਕਸਮ ਕਰ ਬਾਗਲ ਮੁੱਕ ਗਈ ਸਾਰੀ ਤਕਰੀਰ ਦਾ ਨਿਚੋੜ ਸਾਰੇ ਬਿਆਨ ਦਾ ਨਿਚੋੜ ਆਵੇ ਕਿ ਜ਼ਿੰਦਗੀ 'ਚ ਕਦੀ ਮਾਂ ਨਾ ਰੁਸਣ ਦੇਣਗੇ, ਜ਼ਿੰਦਗੀ 'ਚ ਕਦੀ ਪਿਓ ਨਾ ਰੁਸਣ ਦੇਣਗੇ, ਗਲਤੀ ਹੋ ਵੀ ਜਾਏ ਤਾਂ ਉਸ ਵੇਲੇ ਮਾਫ਼ੀ ਮੰਗ ਲੈ, ਕੋਈ ਵੀ ਪਤਾ ਨਹੀਂ ਮਾਂ ਨੇ ਕਿਸ ਵੇਲੇ ਅਟੈਕ ਹੋਣਾ ਤੇ ਡੁੱਬ ਜਾਣਾ ਫਿਰ ਪਛਤਾਵੇਂਗਾ ਬਾਅਦ ਵਿੱਚ ਕਿ ਅੱਜ ਪਿਓ ਜ਼ਿੰਦਾ ਹੁੰਦਾ ਤੇ ਅੱਜ ਮਾਫ਼ੀ ਕਰਦਾ, ਅੱਜ ਮਾਫ਼ੀ ਮੰਗ ਲੈਂਦਾ, ਅੱਜ ਮਾਂ ਜ਼ਿੰਦਾ ਹੁੰਦੀ ਤੇ ਮਾਫ਼ੀ ਮੰਗ ਲੈਂਦਾ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਕਾਇਨਾਤ ਆਲਿਆ ਮੈਨੂੰ ਅਮੀਰ ਉਲ ਮੁਜਾਹਿਦੀਨ ਦੀ ਗੱਲ ਯਾਦ ਆ ਗਈ, ਕਰ ਛੱਡੀਏ ਗੱਲ ਕਿ ਛੱਡ ਛੱਡੀਏ ਜਿਹੜੇ ਆਂਦੇ ਨੇ ਕਰ ਛੋੜੋ ਹੱਥ ਬੁਲੰਦ ਕਰਕੇ ਬੋਲੋ ਬੋਲੋ ਕਰਕੇ ਬੋਲੋ ਕਰਕੇ ਬੋਲੋ ਗੱਲ ਨਾ ਨਾ ਕੀਤੀ ਜਾਏ ਤਾਂ ਫਿਰ ਬਦ ਜਾਂਦੀ ਹੈ। ਅਮੀਰ ਉਲ ਮੁਜਾਹਿਦੀਨ ਹਜ਼ਰਤ ਅਲਾਮਾ ਖਾਦਮ ਹੁਸੈਨ ਰਜ਼ਵੀ ਰਹਿਮਤੁਲਲਾਹ ਅਲੈਹ
ਖਾਦਮ ਹੁਸੈਨ ਰਜ਼ਵੀ ਰਹਿਮਤ ਅੱਲਾਹ ਵੇਖਿਓ ਆਸ਼ਿਕਾਂ ਦੀ ਰੀਤ ਹੀ ਆਸ਼ਿਕ ਕਿਵੇਂ ਮੁਹੱਬਤ ਕਰਦੇ ਨੇ ਉਹ ਜਿਹੜੇ ਨਬੀ ਦੇ ਨਾਂ ਤੇ ਮਰ ਜਾਣ ਉਹ ਮਰਦੇ ਨਹੀਂ ਮਰ ਕੇ ਵੀ ਜ਼ਿੰਦਾ ਹੋ ਜਾਂਦੇ ਨੇ ਲਾਹੌਰ ਦੀ ਸਰ ਜ਼ਮੀਨ ਤੇ ਤੈਨੂੰ ਆਪਣੀ ਗੱਡੀ ਤੇ ਲੈ ਜਾਣਾ ਅਜੇ ਵੀ ਖੁਸ਼ਬੋਵਾਂ ਨਾ ਆਉਣ ਮੇਰੇ ਅਮੀਰ ਮੁਜਾਹਿਦੀਨ ਦੀ ਕਬਰ ਚੋਂ ਤੇ ਮੇਰੇ ਮੂੰਹ ਤੇ ਥੁੱਕ ਛੜਿਆ ਛੜਿਆ ਥੁੱਕ ਛੜਿਆ ਥੁੱਕ ਛੜਿਆ ਅੱਜ ਵੀ ਖੁਸ਼ਬੋ ਨਾ ਆਵੇ ਕੋਈ ਇੰਜ ਗੱਲ ਗੱਲ ਇੰਜ ਗੱਲ ਨਬੀ ਦੀ ਨਮੂਸ ਤੇ ਪਹਿਰਾ ਦਿੱਤਾ ਅਲਾਮਾ ਖਾਦਮ ਹੁਸੈਨ ਰਜ਼ਵੀ ਮਲਕ ਸ਼ਬਾਨ ਸਾਹਿਬ ਸੁਣੋ ਸਗੀਰ ਸਾਹਿਬ ਕਹਿੰਦੇ ਨੇ ਮੇਰੀ ਮਾਂ ਨਾ ਮੇਰੀ ਮਾਂ ਨੇ ਗੱਲ ਬੜੀ ਵੱਡੀ ਹੈ ਮਾਂ ਨੇ ਆਖਿਆ ਪੁੱਤਰ ਨਮਾਜ਼ ਪੜ੍ਹੀ ਆ ਅਲਾਮਾ ਖਾਦਮ ਹੁਸੈਨ ਰਜ਼ਵੀ ਆਪਣੀ ਗੱਲ ਸੁਣਾਉਂਦੇ ਤੇ ਮਾਂ ਦੀ ਸ਼ਾਨ ਦੱਸਦੇ ਨੇ ਮਾਂ ਨੇ ਪੁੱਛਿਆ ਨਮਾਜ਼ ਪੜ੍ਹੀ ਆ ਆਖਿਆ ਲੱਗਿਆ ਅੰਮਾ ਇਹ ਬੜਾ ਟਾਈਮ ਹੈ ਅਜੇ ਕੀ ਹੈ ਅਜੇ ਕੀ ਹੈ ਆਪੇ ਅਜੇ ਬੜਾ ਟਾਈਮ ਹੈ ਇਹ ਅਲਾਮਾ ਸਾਹਿਬ ਆਪਣੀ ਮਾਂ ਨੂੰ ਤੇ ਸਮਝਾਉਂਦੇ ਨੇ ਅੰਮਾ ਬੜਾ ਟਾਈਮ ਹੈ ਤੇ ਮਾਂ ਆਖਣ ਲੱਗੀ ਪੁੱਤਰ ਟਾਈਮ ਕੋਈ ਨਹੀਂ ਟਾਈਮ ਨਾਲ ਨਮਾਜ਼ ਪੜ੍ਹੀ ਦੀਏ ਅਦਰ ਸੁਣਿਓ ਤੇ ਮਾਂ ਆਖਣ ਲੱਗੀ ਪੁੱਤਰਾ ਮੈਨੂੰ ਪਤਾ ਕਿਵੇਂ ਪੜ੍ਹੀ ਦੀਏ ਤੇ ਆਪ ਆਖਣ ਲੱਗੇ ਅੰਮਾ ਪੜਿਆ ਮੈਂ ਵਾਂ ਕਿ ਤੂੰ ਪੜ੍ਹੀ ਹੈ ਮੈਨੂੰ ਪਤਾ ਵੇ ਕਿ ਨਮਾਜ਼ਾਂ ਟਾਈਮ ਦੀਆਂ ਹੁੰਦੀਆਂ ਨੇ ਬੇਵੇਲੇ ਦੀਆਂ ਨਮਾਜ਼ਾਂ ਨਹੀਂ ਹੁੰਦੀਆਂ ਮੈਂ ਕਿਹਾ ਕਰੋੜ ਰਹਿਮਤਾਂ ਆਉਣ ਅਲਾਮਾ ਅਮੀਰੁਲ ਮੁਜਾਹਿਦੀਨ ਅਲਾਮਾ ਖਾਦਮ ਹੁਸੈਨ ਰਜ਼ਵੀ ਰਹਿਮਤੁਲਲਾਹ ਅਲੈਹ ਨੰਦਨਪੁਰ ਆਲਿਆ ਲੱਖਾਂ ਸਲਾਮ ਮੇਰੇ ਬਾਬੇ ਦੀ ਕਬਰ ਤੇ ਆਉਣ ਅੱਜ ਵੀ ਰਹਿਮਤ ਲਾਲਮੀਨ ਮਸਜਿਦ ਗਵਾਈਆਂ ਦੇ ਰਹੀ ਹੈ ਅੱਜ ਵੀ ਲਾਹੌਰ ਦੀਆਂ ਸੜਕਾਂ ਗਵਾਈਆਂ ਦੇ ਰਹੀਆਂ ਨੇ ਅੱਜ ਵੀ ਇਸਲਾਮਾਬਾਦ ਦੀਆਂ ਸੜਕਾਂ ਗਵਾਈਆਂ ਦੇ ਰਹੀਆਂ ਨੇ ਅੱਜ ਵੀ ਦੁਨੀਆ ਨਹੀਂ ਆਂਦੀ ਏ ਕੋਈ ਇੱਕ ਬਾਬਾ ਆਇਆ ਸੀ ਜਿਹੜਾ ਚੱਲ ਨਹੀਂ ਸੀ ਸਕਦਾ ਜਿਹੜਾ ਦੌੜ ਨਹੀਂ ਸੀ ਸਕਦਾ ਪਰ ਉਮਤ ਨੂੰ ਚੱਲਣਾ ਸਿਖਾ ਗਿਆ ਏ ਉਮਤ ਨੂੰ ਖਲੋਣਾ ਸਿਖਾ ਗਿਆ ਏ ਅਲਾਮਾ ਅਮੀਰੁਲ ਮੁਜਾਹਿਦੀਨ ਰਹਿਮਤੁਲਲਾਹ ਅਲੈਹ ਦੁਨੀਆ ਨੂੰ ਦੱਸ ਗਏ ਨੇ ਲੋਕੋ ਅਗਰ ਜ਼ਿੰਦਗੀ ਉਸ ਮੁਹੰਮਦ ਦੀ ਜ਼ਾਤ ਦੇ ਵਾਰੀ ਛੜਿਆ ਜੇ ਨਬੀ ਦੀ ਇੱਜ਼ਤ ਦੇ ਵਾਰੀ ਛੜਿਆ ਜੇ ਇੱਥੇ ਵੀ ਕੰਮ ਬਣ ਜਾਏਗਾ ਉੱਥੇ ਵੀ ਕੰਮ ਬਣ ਜਾਏਗਾ ਇਸੇ ਵਾਸਤੇ ਅਲਾਮਾ ਸਾਹਿਬਾਂ ਨੇ ਆਉਣੇ ਹੈ ਕਦਰ ਨਬੀ ਦਾ ਹੋਏ ਜਾਨਣ ਵਾਲੇ ਤੇ ਸੌਂਗੇ ਵਿੱਚ ਮਦੀਨੇ ਮਾਸ਼ਾਅੱਲਾ ਖੂਬਸੂਰਤ ਲਬ ਲਹਿਜੇ ਕੇ ਸਾਥ